ਬਬਜੀ ਤਲਕ ਜੰਜੂ ਰੱਖ ਪ੍ਰਭ ਤਕ ਕਿਨੋ ਬੜੋ ਕਲੂ ਮਹਸਕ ਸਾਧਨ ਹੇਤ ਇਤੀ ਜਨ ਕਰੇ ਸੀਸ ਦੀਆ ਪਰਸੀ ਨਾ ਉਚਰੇ ਸਾਧਨ ਹੇਤ ਇਤੀ ਜਨ ਕਰੇ ਸੀਸ ਦਿਆ ਭਰਸੀ ਨਾ ਉਚਰੇ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਬਕਾਰ ਤិន ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੇ ਕੀ ਫਤਿਹ ਹੈ ਬਿਗਨ ਬਨਾਸਨ ਸੋਏ ਵਾਹਿਗੁਰੂ ਜੇ ਕੀ ਫਤਿਹ ਹੈ ਬਿਗਨ ਬਨਾਸਨ ਸੋਏ ਦਿਨ ਦੁਨੀਆਂ ਦੇ ਵਾਲੀ ਪਰਮ ਕਿਰਪਾਲੂ ਸਤਗੁਰੂ ਖੰਡਾ ਬ੍ਰਹਮੰਡਾ ਦੇ ਮਾਲਕ ਗਰੀਬ ਨਵਾਜ ਜੋਜੀ ਪ੍ਰੀਤਮ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਵਾਲੀਏ ਕੁਲ ਆਲਮ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੰਨਾ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਕੀ ਪਿਆਰੀ ਖਾਲਸਾ ਸਾਧ ਸੰਗਤ ਜੀ ਗੁਰ ਫਤ ਪ੍ਰਵਾਣ ਹੋਵੇ ਜੀ ਪ੍ਰੇਮ ਸਤਕਾਰ ਸਹਿਤ ਬਲਾਉ ਫਤ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਹੀ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੰਨਾ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਤ ਜੋ ਸ਼ਤਾਬਦੀ ਸਮਾਗਮ ਗੁਰੂ ਕੇ ਖਾਲਸਾ ਪੰਥ ਵੱਲੋਂ ਮਨਾਏ ਜਾ ਰਹੇ ਹਨ ਤੰਨਾ ਦੀ ਹਾਜ਼ਰੀ ਆਪ ਕੁਝ ਦਿਹਾੜਿਆਂ ਤੋਂ ਭਰ ਰਹੇ ਹੋ ਤਨ ਕਰਪਾਲੂ ਸਤਿਗੁਰੂ ਸਾਹਿਬ ਜੀ ਜਿਨਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਸਾਡੇ ਸਤਿਕਾਰਯੋਗ ਮਾਤਾ ਮਾਤਾ ਨਾਨਕੀ ਜੀ ਦੀ ਪਾਵਨ ਕੋਖ ਨੂੰ ਭਾਗ ਲਾਏ ਹਨ ਆਣ ਕਰਕੇ ਗੁਰਦੇਵ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਗ੍ਰਹਿ ਵਿਖੇ ਅਵਤਾਰ ਕਰਪਾਲੂ ਸਤਿਗੁਰੂ ਸਾਹਿਬ ਜੀ ਨੇ ਧਾਰਨ ਕੀਤਾ ਹੈ ਐਸੀ ਕਲਾ ਸਤਿਗੁਰੂ ਸਾਹਿਬ ਜੀ ਨੇ ਅਵਤਾਰ ਦੇ ਸਮੇਂ ਵਰਤੌਣਾ ਕੀਤੀ ਹੈ ਜੋ ਇਤਿਹਾਸ ਗੁਰੂ ਕੇ ਪਿਆਰ ਪਿਆਰ ਵਾਲਿਆਂ ਨੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਦਰਸਾਇਆ ਹੈ ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਸਤਿਗੁਰੂ ਸਾਹਿਬ ਜੀ ਦੀ ਕਥਾ ਲਿਖਦੇ ਹੋਏ ਦੱਸਦੇ ਹਨ ਜਿਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਹੈ ਧੰਨ ਗੁਰਦੇਵ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਬਰ ਜਾ ਕਰਕੇ ਸਿਖਾਣੇ ਦਿੱਤੀ ਹੈ ਕਿ ਕਿਰਪਾਲੂ ਜੀਓ ਸਹਿਬਜ਼ਾਦਾ ਜੀ ਨੇ ਜਨਮ ਲਿਆ ਹੈ ਮੇਰੇ ਗੁਰਦੇਵ ਆਪ ਚੱਲ ਕਰਕੇ ਸਹਬਜਾਦਾ ਜੀ ਨੂੰ ਮਿਲਣ ਵਾਸਤੇ ਆਏ ਹਨ ਇਸ ਪਾਵਨ ਪਵਿੱਤਰ ਸਥਾਨ ਜਿਸ ਸਥਾਨ ਦੀ ਆਪ ਸਾਰੇ ਹਾਜ਼ਰੀ ਭਰ ਰਹੇ ਹੋ ਜਿਸ ਸਮੇ ਪਿਤਾ ਤੇ ਪੁੱਤਰ ਦਾ ਮਲਾਪ ਹੋਇਆ ਹੈ ਕਿਰਪਾਲੂ ਸਤਿਗੁਰੂ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣੀ ਗੋਦੀ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚੁੱਕਣਾ ਕੀਤਾ ਹੈ ਉਸ ਸਮੇ ਕਹਿੰਦੇ ਹਨ ਕਿ ਗੁਰਦੇਵ ਜੀ ਨੇ ਜੋ ਪੀਰੀ ਵਾਲੀ ਸ੍ਰੀ ਸਾਹਿਬ ਹੈ ਉਹਦੇ ਮੁੱਠੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਆਪਣਾ ਹੱਥ ਪਾ ਲਿਆ ਹੈ। ਸੋ ਜਿਵੇਂ ਬਾਲਕ ਸੋ ਬੜੀ ਘੁੱਟ ਕੇ ਮੁੱਠੀ ਪਰ ਲੈਂਦੇ ਹਨ ਇਸ ਤਰੀਕੇ ਦੇ ਨਾਲ ਮੁੱਠ ਪਰ ਲਈ ਹੈ ਛੱਡਦੇ ਨਹੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਉਸ ਸਮੇਂ ਬਾਬਾ ਅਬਦੀ ਚੰਦ ਜੀ ਸਾਹਿਬ ਸਤਿਗੁਰੂ ਸਾਹਿਬ ਜੀ ਦੇ ਪਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਆਏ ਹਨ। ਉਸ ਸਮੇਂ ਬੇਨਤੀ ਕੀਤੀ ਮਹਾਰਾਜ ਆਪ ਜੀ ਸਾਹਿਬ ਜادہ ਜੀ ਦਾ ਨਾਮਕਰਨ ਵੀ ਕਰ ਦਵੋ। ਸਾਧ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਇਹਨਾਂ ਨੇ ਆਪਣਾ ਨਾਮ ਆਪੇ ਰੱਖ ਲਿਆ ਹੈ। ਵੇਖੋ ਤੇਗ ਦੇ ਮੁੱਠੇ ਨੂੰ ਪਾਇਆ ਹੋਇਆ ਹੱਥ ਛੱਡਦੇ ਨਹੀਂ। ਇਹਨਾਂ ਦਾ ਨਾਮ ਤੇਗ ਬਹਾਦਰ ਹੋਵੇਗਾ। ਉਸ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਪਾਂ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਸ ਸ਼ਤਾਬਦੀ ਸਮਾਗਮਾਂ 'ਚ ਹਾਜ਼ਰੀ ਭਰ ਰਹੇ ਹਾਂ। ਜੋ ਗੁਰੂਪੰਥ ਦਾ ਹੁਕਮ ਹੈ ਕਿ ਅੱਜ ਦੀ ਜਿਹੜੀ ਵਿਚਾਰ ਹੈ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਰਠਿ ਰਾਗ ਦੇ ਅੰਦਰ ਕਿਰਪਾਲੂ ਜੀ ਨੇ ਬਖਸ਼ਿਸ਼ ਕੀਤੀ ਹੈ ਸੋਰਠ ਮਹੱਲਾ 9 ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਮਰਤ ਗਣ ਕਾ ਸੀ ਉਦਰੀ ਤਾਕੋ ਜਸ ਉਰਤਾਰੋ ਰਹਾਉ ਸੋ ਇਹ ਜਿਹੜੀ ਸੋ ਪਾਵਨ ਜੋ ਸ਼ਬਦ ਹੈ ਜੋ ਇਹ ਪੰਗਤੀ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੋ ਕਿਰਪਾਲੂ ਜੀ ਨੇ ਸਾਨੂੰ ਕਿਰਪਾ ਕਰਕੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਸ ਮਨ ਨੂੰ ਕਿਸ ਤਰੀਕੇ ਦੇ ਨਾਲ ਸਮਝਾਇਆ ਜਾ ਸਕੇ ਸਿੱਖਾਂ ਦੀ ਬੇਨਤੀ ਹੈ ਕਿਰਪਾਲੂ ਜੀ ਇਹ ਮਨ ਜਿਹੜਾ ਟਿਕਦਾ ਨਹੀਂ ਹੈ ਜਿਤਨੇ ਮਰਜੀ ਵੀ ਸਾਧਨ ਕਰੀਏ ਜਿਤਨੇ ਮਰਜੀ ਵੀ ਸੰਜਮ ਸਾਧਨ ਕਿਸੇ ਵੀ ਤਰੀਕੇ ਦੇ ਜਲ ਧਾਰਿਆਦਕ ਸੋ ਕਰਨ ਦਾ ਯਤਨ ਕਰੀਏ ਇਹ ਜਿਹੜਾ ਮਨ ਹੈ ਇਹ ਵਸ ਵਿੱਚ ਕਦੇ ਚਿੱਤ ਵੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਆਉਂਦਾ ਵੱਡੇ ਵੱਡੇ ਜਿਹੜੇ Muni ਜਨ ਹਨ ਉਹ ਵੀ ਇਸ ਮਨ ਨੂੰ ਵਸ ਕਰਦੇ ਹੋਏ ਹਾਰ ਗਏ ਹਨ ਸਾਰੇ ਇਹਦੇ ਅੱਗੇ ਸਾਰੇ ਨਿਰਵਲ ਹਨ ਵੱਡੇ ਵੱਡੇ ਯਤਨ ਕਰਨਾ ਕੀਤੇ ਨੇ ਵੱਡੇ ਵੱਡੇ ਸਿੱਧ ਜੋਗੀ ਮੁਣੀ ਸੋ ਦੇਵਤੇ ਵੀ ਇਸ ਮਨ ਦੇ ਅੱਗੇ ਹਾਰ ਚੁੱਕੇ ਹਨ ਇਥੋਂ ਤੱਕ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤਾਂ ਨੂੰ ਇਥੋਂ ਤੱਕ ਕਹਿਣਾ ਪਿਆ ਕਿ ਮਨ ਖਟਹਰ ਤੇਰਾ ਨਹੀਂ ਵਿਸਾਸ ਤੁਮਾ ਉਦਮਦ ਖਰਕਾ ਪੈ ਖਰ ਤਉ ਛਟਾ ਜੋ ਉੱਪਰ ਲੱਦਾ ਇਹ ਮੇਰੇ ਮਨਾ ਤੂੰ ਬੜਾ ਉਦਮੀ ਹੈ ਤੇਰਾ ਕਦੀ ਵਾਸਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਜਿਵੇਂ ਖਚਰੇ ਦੇ ਉੱਤੇ ਜਿੰਨਾ ਚਿਰ ਭਾਰ ਪੂਰਾ ਨਾ ਹੋ ਜਾਵੇ ਉਹਨਾਂ ਚਿਰ ਉਹਦੀ ਪੈਖਰ ਨਹੀਂ ਲਾਈ ਜਾ ਸਕਦੀ ਐਵੇਂ ਇਹ ਮਨ ਆ ਜਿੰਨਾ ਚਿਰ ਤੇਰੇ ਉੱਤੇ ਜਪ ਤਪ ਸੰਜਮ ਸਾਧਨਾ ਦਾ ਭਾਰ ਪੂਰਾ ਨਾ ਹੋ ਜਾਵੇ ਉਹਨੇ ਸਮੇਂ ਤੱਕ ਜੇ ਤੇਰੀ ਪੈਖਰ ਲਾ ਦਿੱਤੀ ਜਾਵੇ ਤੇ ਤੂੰ ਖਰਾਬ ਕਰਦਾ ਵਿਦਵਾਨਾਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਇਸ ਮਨ ਨੂੰ ਕਥਨ ਕੀਤਾ ਹੈ ਕੋਈ ਕਹਿੰਦੇ ਨੇ ਇਹ ਮਨ ਦੀਵੇ ਦੀ ਲੋ ਵਰਗਾ ਹੈ ਜਿਵੇਂ ਦੀਵੇ ਦੀ ਲੋ ਕਦੀ ਵਾਸਤੇ ਟਿਕ ਟਿਕਦੀ ਨਹੀਂ ਹੈ ਕੰਮ ਦੀ ਰਹਿੰਦੀ ਐਵੇਂ ਇਹ ਮਨ ਹਿਲਦਾ ਰਹਿੰਦਾ ਹੈ ਕੁਝ ਨੇ ਕਿਹਾ ਨਹੀਂ ਮਨ ਬਾਂਦਰ ਵਰਗਾ ਜਿਵੇਂ ਬਾਂਦਰ ਟਿੱਕੇ ਨਹੀਂ ਬੈਂਦਾ ਐਵੇਂ ਇਹ ਮਨ ਨਹੀਂ ਟਿੱਕੇ ਬੈਂਦਾ ਕਈ ਕਹਣ ਲੱਗੇ ਨਹੀਂ ਬਾਲਕ ਵਰਗਾ ਬੱਚੇ ਵਰਗਾ ਜਿਵੇਂ ਬੱਚਾ ਕਦੀ ਟਿੱਕੇ ਨਹੀਂ ਬੈ ਸਕਦਾ ਇਹ ਮਨ ਵੀ ਟਿੱਕੇ ਨਹੀਂ ਬੈ ਸਕਦਾ ਮਹਾਰਾਜ ਬੜਾ ਸੋ ਇਸ ਮਨ ਦੇ ਬਾਬਤ ਸੋ ਭਰਤਰੀ ਜੀ ਵਰਗੇ ਜਿਨ੍ਹਾਂ ਨੇ ਏਡੇ ਏਡੇ ਵੱਡੇ ਰਾਜ ਭਾਗ ਤਿਆਗ ਕਰਕੇ ਤੇ ਭਾਈ ਕਨਵਚ ਮੁੰਦਰਾ ਪਾ ਲਈ ਕਹਿੋ ਜਿਆ ਮਨ ਕਿਉਂ ਸਿਖਾਣੇ ਬੇਨਤੀ ਕੀਤੀ ਮਹਾਰਾਜ ਕੋਈ ਮਨ ਦਾ ਹੱਲ ਦੱਸੋ ਆਪਾਂ ਜਦੋਂ ਕੋਈ ਵੀ ਰੋਗੀ ਵੈਦ ਦੇ ਪਾਸ ਜਾ ਜਾਂਦਾ ਹੈ ਤੇ ਉਹ ਇਹੋ ਕਹਿੰਦਾ ਮੈਨੂੰ ਆਹ ਬਿਮਾਰੀ ਹੈ ਜੀ ਕੋਈ ਕਹਿੰਦਾ ਤਾਪ ਚੜਿਆ ਕੋਈ ਕਹਿੰਦਾ ਢਿੱਡ ਪੀੜ ਕੋਈ ਕਹਿੰਦਾ ਸਿਰ ਪੀੜ ਹੈ ਵੈਦ ਦੇ ਪਾਸ ਜਾ ਕੇ ਕਹਿੰਨੇ ਇਹਦਾ ਚੰਗਾ ਉਪਚਾਰ ਇਹਦਾ ਚੰਗਾ ਇਲਾਜ ਕੀਤਾ ਜਾਵੇ ਕਾਰਨ ਕੀ ਮਹਾਰਾਜ ਇਹ ਮਨ ਵੇਖੋ ਕਿੱਡਾ ਮਾੜਾ ਹੈ ਪਰ ਥ੍ਰੀ ਜੀ ਰਾਜ ਭਾਗ ਤਿਆਗ ਕਰਕੇ ਜਦੋਂ ਗੋਰਖ ਜੀ ਨੇ ਉਪਦੇਸ਼ ਦਿੱਤਾ ਹੈ ਕੰਨ ਚ ਮੁੰਦਰਾ ਪਾ ਕੇ ਕਰਕੇ ਜੰਗਲਾਂ ਚ ਤੁਰੇ ਫਿਰਦੇ ਹਨ ਪਰਮੇਸ਼ਰ ਦਾ ਪਾਣਾ ਕਿ ਭਿਖਿਆ ਲੈ ਕਰਕੇ ਰਾਤ ਨੂੰ ਵਾਪਸ ਤੁਰੇ ਜਾਂਦੇ ਨੇ ਆਪਣੇ ਆਸਣ ਵੱਲ ਮੀ ਪੈਂਦਾ ਹੈ ਰਸਤੇ ਦੇ ਵਿੱਚ ਬਿਜਲੀ ਚਮਕੀ ਤੇ ਐਵੇਂ ਭਲੇਖਾ ਪਿਆ ਜਿਵੇਂ ਕੋਈ ਲਾਲ ਝਾੜੀਆਂ ਵਿੱਚ ਪਿਆ ਹੋਇਆ ਸੋ ਮਨ ਨੇ ਵਿਚਾਰ ਕੀਤੀ ਕਰਨ ਲੱਗੇ ਇਹ ਲਾਲ ਪਰਮੇਸ਼ਰ ਵੱਲੋਂ ਮਿਲ ਰਿਹਾ ਇਹਨੂੰ ਲੈ ਕਰਕੇ ਆਪਣੇ ਕਮੰਡਲ ਚ ਰੱਖ ਲਈਏ ਕਿਤੇ ਕੰਮ ਆਵੇਗਾ ਜਦੋਂ ਆਗਾ ਹੋ ਕੇ ਹੱਥ ਮਾਰਿਆ ਜਿੱਥੋਂ ਜੇ ਉਹ ਚਮਕ ਪਈ ਸੀ ਬਿਜਲੀ ਦੇ ਚਮਕਣੇ ਦੇ ਨਾਲ ਉਸ ਸਮੇਂ ਹੱਥ ਮਾਰਨੇ ਤੇ ਕੀ ਪਤਾ ਲੱਗਾ ਕਿ ਕਿਸੇ ਨੇ ਪਾਣ ਖਾ ਕੇ ਧੁਖਿਆ ਧੁਕਿਆ ਹੋਇਆ ਸੀ ਸਾਰੇ ਦਾ ਸਾਰਾ ਹੀ ਹੱਥ ਭਰਤਰੀ ਸਿੱਧ ਜੋ ਹੈ ਬੜਾ ਵੱਡੇ ਰਾਜ ਭਾਗ ਦਾ ਤਿਆਗ ਕਰਨ ਵਾਲਾ ਉਹਦਾ ਸਾਰੇ ਦਾ ਸਾਰਾ ਹੱਥ ਹੀ ਲਿਬੜ ਗਿਆ ਉਸ ਸਮੇਂ ਕਿਹਾ ਮਨ ਨੂੰ ਲਾਣ ਤਾਂ ਪਾਉਣੀਆਂ ਕੀਤੀਆਂ ਓਏ ਮੇਰੇ ਮਾਣਾ ਇੰਨੇ ਵੱਡਾ ਰਾਜ ਭਾਗ ਤਿਆਗ ਤਿਆਗ ਦਿੱਤਾ ਇਹੋ ਜੇ ਅਨੇਕਾਂ ਹੀਰੇ ਜਵਰਾ ਤੇਰੇ ਖਜ਼ਾਨੇ ਵਿੱਚ ਪਏ ਹੁੰਦੇ ਸਨ ਉਹਨਾਂ ਨੂੰ ਤਿਆਗ ਕਰਕੇ ਕੰਨੀ ਮੰਦਰਾ ਪਾ ਕੇ ਤੁਰਿਆ ਫਿਰਦਾ ਸਾਂ ਓਏ ਕਿੱਥੇ ਲਿਆ ਕਰਕੇ ਵੇਖ ਤੈਨੂੰ ਸ਼ਰਮ ਚਾਹੀਦੀ ਕਿੱਥੇ ਲਿਆ ਕਰਕੇ ਗੰਦਗੀ 'ਚ ਹੱਥ ਮਰੰਮਦਾ ਫਿਰਦਾ ਐਸਾ ਜਿਹੜਾ ਇਹ ਮਨ ਹੈ ਜਿਹੜਾ ਮਨ ਕਦੀ ਵਾਸਤੇ ਵੀ ਕਿਸੇ ਦੇ ਮਨ ਵਾਸ ਵਿੱਚ ਨਹੀਂ ਆਇਆ ਮਹਾਰਾਜ ਜੀ ਦੇ ਪਾਸ ਸਿਖਾਣੇ ਬੇਨਤੀ ਕੀਤੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਤੁਸੀਂ ਦੱਸੋ ਇਹ ਮਨ ਕਿਵੇਂ ਵਾਸ ਵਿੱਚ ਆਵੇਗਾ ਕਰਪਾਲੂ ਜੀ ਬਚਨ ਕਰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਇਹ ਮੇਰੇ ਮਨਾ ਜਾਂ ਅਥਵਾ ਹੇ ਸਖੋ ਜੇ ਮਨ ਨੂੰ ਟਿਕਾਉਣਾ ਚਾਹੁੰਦੇ ਹੋ ਤੇ ਪ੍ਰਭੂ ਆਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਜਿਹੜੀ ਹੈ ਉਹ ਵਿਚਾਰਨਾ ਕਰੋ ਉਹ ਪਕੜ ਲੈਣਾ ਕਰੋ ਮਹਾਰਾਜ ਜੀ ਇਹ ਜੇ ਤੁਹਾਡੀ ਸ਼ਰਨ ਵਿੱਚ ਜੇ ਪਰਮੇਸ਼ਰ ਦੀ ਸ਼ਰਨ ਵਿੱਚ ਪੜਾ ਪੈ ਜਾਈਏ ਇਹ ਮਨ ਵਸ ਵਿੱਚ ਆ ਜਾਵੇਗਾ ਕੋਈ ਪ੍ਰਮਾਣ ਕੋਈ ਐਗਜ਼ਾਮਪਲ ਦੇ ਕਰਕੇ ਸਮਝਾਓ ਐਵੇਂ ਅਸੀਂ ਨਹੀਂ ਮੰਨ ਸਕਦੇ ਅਸੀਂ ਪੜੇ ਲਿਖੇ ਲੋਕ ਕਹਿੰਦੇ ਜੀ ਅੱਜ ਕੱਲ ਦੇ ਜਮਾਨੇ ਦੇ ਸਾਨੂੰ ਕਿਵੇਂ ਪਤਾ ਲੱਗੇ ਕਿ ਮਨ ਵਾਸ ਵਿੱਚ ਆ ਗਿਆ ਸੀ ਜਾਂ ਜੀ ਇਹ ਮਨ ਦੀ ਕੋਈ ਗਰੰਟੀ ਹੈ ਤੁਹਾਡੇ ਪਾਸ ਹੁਣ ਗਰੰਟੀ ਦਾ ਜਮਾਨਾ ਜੀ ਅਸੀਂ ਤੇ ਕੜਾਈ ਵੀ ਘਰ ਵਿੱਚ ਉਹ ਨਹੀਂ ਲਿਆਉਂਦੇ ਜੇ ਦੀ ਗਰੰਟੀ ਨਾ ਹੋਵੇ ਖੁਰਪਾਣੀ ਲਈ ਆਈ ਦਾ ਘਰ ਵਿੱਚ ਇਹੋ ਜਿਹਾ ਜਿਹੜਾ ਗਰੰਟੀ ਵਾਲਾ ਨਾ ਹੋਵੇ ਤੁਸੀਂ ਏਡੀ ਵੱਡੀ ਬਾਤ ਕਹਿ ਦਿੱਤੀ ਕਿ ਸ਼ਰਨ ਪੈ ਜਾਵੋ ਪੈ ਜਾਵਾਂਗੇ ਪਰ ਕੋਈ ਗਰੰਟੀ ਦਿਵੋ ਕੋਈ ਦੱਸੋ ਕਿ ਪਹਿਲਾਂ ਕਦੀ ਇਸ ਤਰੀਕੇ ਨਾਲ ਹੋਇਆ ਹੈ ਕਿ ਜਿਨੇ ਪ੍ਰਭੂ ਪਰਮੇਸ਼ਰ ਦੀ ਸ਼ਰਨ ਲਈ ਹੋਵੇ ਉਦਾ ਉਧਾਰ ਹੋ ਗਿਆ ਹੋਵੇ ਕਹਿਣ ਲੱਗੇ ਪਾਈ ਮਨਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਮਰਤ ਗਣਕਾ ਸੀ ਉਦਰੀ ਕਹਿਣ ਲੱਗੇ ਵੇਖੋ ਜਿਹਦੇ ਸਮਰਨ ਕਰਨੇ ਤੇ ਪਰਮੇਸ਼ਰ ਦਾ ਐਵੇਂ ਨਹੀਂ ਕਿਹਾ ਸਮਰਨ ਕਰਨ ਲਈ ਜਿਸ ਪਰਮੇਸ਼ਰ ਦੇ ਸਮਰਨ ਕਰਨੇ ਤੇ ਗਣਕਾ ਗਣਕਾ ਨਾਮ ਹੁੰਦਾ ਹੈ ਵੇਸਵਾ ਦਾ ਜਿਹੜੀ ਆਪਣਾ ਸਰੀਰ ਵੇਚ ਕਰਕੇ ਤੇ ਆਪਣੇ ਘਰ ਨੂੰ ਚਲਾਉਂਦੀ ਹੋਵੇ ਐਸੀ ਭੈੜੇ ਜੀਵਣ ਵਾਲੀ ਜਿਸ ਪਰਮੇਸ਼ਰ ਦੇ ਸਿਮਰਨੇ ਕਰਨੇ ਤੇ ਉਧਰ ਗਏ ਹੋਵੇ ਆਪਾਂ ਪੜਦੇ ਪਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਵਿੱਚ ਕਿ ਗਣਕਾ ਪਾਪਣ ਹੋਇ ਕਾ ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਆਚਾਨ ਚੱਕ ਗਣਕਾ ਬਾੜੇ ਆਏ ਖਲੋਤਾ ਕਹੋ ਜੀ ਜੀਵਨ ਹੈ ਬੇ ਵਿਚਾਰੀ ਜੀਵਣ ਵਾਲੀ ਬੀਬੀ ਇੱਕ ਦਿਨ ਅਚਨ ਚੇਤੀ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਉਸ ਗਣਕਾ ਦੇ ਬਾੜੇ ਵਿੱਚ ਜਾ ਕਰਕੇ ਖਲੋ ਗਏ ਜੇ ਸਮੇਂ ਖਲੋਤੇ ਨੇ ਜਾ ਕਰਕੇ ਇਹਨੇ ਵੇਖਿਆ ਕੋਈ ਮਹਾਤਮਾ ਆਏ ਨੇ ਪੁੱਛਿਆ ਬਾਬਾ ਜੀ ਕਿੱਧਰ ਆਏ ਹੋ ਕਹਿਣ ਲੱਗੇ ਧੀਏ ਅਸੀਂ ਆਪਣਾ ਰਸਤਾ ਭੁੱਲ ਗਏ ਆ ਤੇ ਪ੍ਰਸ਼ਾਦੇ ਪਾਣੀ ਦੀ ਵੀ ਤਲਬ ਲੱਗੀ ਹੋਈ ਹੈ ਇਹਨੇ ਆਪਣੇ ਸੁਭਾਅ ਮੁਤਾਬਕ ਕਹਿ ਦਿੱਤਾ ਕਹਿਣ ਲੱਗੇ ਬਾਬਾ ਜੀ ਇੱਥੇ ਪੇਟ ਦੀ ਭੁੱਖ ਤੇ ਨਹੀਂ ਮਿਟਦੀ ਪਰ ਹਾਂ ਜਿਸਮਾਂ ਦੀ ਭੁੱਖ ਜ਼ਰੂਰ ਮਿਟ ਜਾਂਦੀ ਜੇ ਇਹੋ ਜੀ ਕੋਈ ਭੁੱਖ ਹੋਵੇ ਤੇ ਜ਼ਰੂਰ ਦੱਸੋ ਕਹਿਣ ਲੱਗੇ ਨਹੀਂ ਧੀਏ ਸਾਡਾ ਧਰਮ ਇਹ ਨਹੀਂ ਹੈ ਚੰਗਾ ਫਿਰ ਬਾਬਾ ਜੀ ਫਿਰ ਇਥੋਂ ਅਗਾਹ ਨੂੰ ਚਲੇ ਜਾਵੋ ਪਰ ਧੰਨ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਆਪੰਗਰੂ ਕੀ ਬਾਣੀ ਪੜਦੇ ਆ ਸਾਧ ਕੇ ਸੰਗ ਨਾਹੀ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧੂ ਦੀ ਸੰਗਤ ਕਰਨ ਦਾ ਫਾਇਦਾ ਮਹਾਤਮਕੀ ਹੈ ਬਹੁਤੀ ਕਲਣਾ ਨਹੀਂ ਕਲਣੀ ਪੈਂਦੀ ਉਹਦੇ ਦਰਸ਼ਨ ਕਰਨੇ ਤੇ ਮਨੁੱਖ ਨਿਹਾਲ ਹੋ ਜਾਂਦਾ ਇਸ ਕਰਮਾਮਾਰੀ ਦੇ ਵਿਭਾਗ ਖੁੱਲ ਗਏ ਕਹਿਣ ਲੱਗੀ ਪਰਮੇਸ਼ਰ ਦੇ ਪਿਆਰੇਓ ਜੇ ਆਏ ਹੋ ਤੁਸੀਂ ਇਸ ਪਾਪਣ ਦੇ ਵੇੜੇ ਚਰਨ ਪਾਈ ਦਿੱਤੇ ਨੇ ਮੇਰਾ ਸੁਭਾਅ ਮੁਤਾਬਕ ਮੈਂ ਬਚਨ ਕਰ ਬੈਠੀ ਆ ਪਰ ਕੋਈ ਨਾ ਕੋਈ ਕਿਰਪਾ ਤੇ ਕਰੋ ਨਾ ਜੇ ਤੁਸੀਂ ਆਏ ਜੇ ਤੇ ਤੁਹਾਡੇ ਆਿਆਂ ਦਾ ਕੋਈ ਫਾਇਦਾ ਹੀ ਹੋ ਜਾਵੇ ਮੈਨੂੰ ਕੋਈ ਮੇਰਾ ਭੜਾ ਜ਼ਰੂਰ ਕਰਕੇ ਜਾਓ ਅਛਾ ਤੀਏ ਕੀ ਭੜਾ ਕਰਾਉਣਾ ਚਾਹੁੰਨੀ ਆ ਕਹਿੰਦੀ ਕੁਝ ਨਾ ਕੁਝ ਤੇ ਦੇ ਕੇ ਜਾਵੋ ਨਾ ਜਿਹੜਾ ਇੱਥੇ ਆਉਂਦਾ ਕੁਝ ਨਾ ਕੁਝ ਦੇ ਕੇ ਜ਼ਰੂਰ ਜਾਂਦਾ ਚੰਗਾ ਕਹਿਣ ਲੱਗੇ ਤੀਏ ਅਸੀਂ ਤੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਾਂ ਆ ਫੜ ਤੈਨੂੰ ਆਪਣੇ ਹੱਥੋਂ ਆ ਤੋਤਾ ਦੇ ਦਿੰਦੇ ਆ ਜਿਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਦੁਰਮਤ ਦੇਖਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਤੋਤਾ ਸਾਧੂ ਦਾ ਫਰਕ ਕੀ ਐ ਸਾ ਆ ਸਾਧ ਦੀ ਨਿਸ਼ਾਨੀ ਹੈ ਸੰਤ ਹੈ ਕਿ ਕਿਹੜੇ ਸਾਧੂ ਦੇ ਦਰਸ਼ਨ ਕਰਨੇ ਤੇ ਪਾਪ ਲੱਥ ਜਾਂਦੇ ਨੇ ਕਈ ਮੇਰੇ ਵਰਗੇ ਵੇਖ ਬਣਾਈ ਫਿਰਦੇ ਨੇ ਸਾਧੂਆਂ ਵਾਲਾ ਸਾਧੂ ਦੀ ਨਿਸ਼ਾਨੀ ਕੀ ਹੈ ਆਪਾਂ ਦੁਰਮਤ ਵੇਖ ਕਰਕੇ ਭੈੜੀ ਬੁੱਧੀ ਵੇਖ ਕਰਕੇ ਰੌਲਾ ਪੈਣੇ ਪਾਉਣੇ ਆ ਕਿ ਪਰੇ ਹੋ ਜਾ ਭਾਉ ਸਾਡੇ ਲਾਗੇ ਨਾ ਬਈ ਤੂੰ ਬੜੀ ਭੈੜੀ ਬੁੱਤੀ ਵਾਲਾ ਬੜੇ ਮਾੜੇ ਕਰਮਾਂ ਵਾਲਾ ਉਹਦਾ ਰੌਲਾ ਪਾ ਪਾ ਕੇ ਹੋਰਨਾਂ ਨੂੰ ਦੱਸਦੇ ਆ ਇਹਨੂੰ ਕਿਤੇ ਲਾਗੇ ਨਾ ਬਿਠਾ ਲਿਆ ਜੇ ਇਹ ਬੜਾ ਭੈੜਾ ਤੇ ਬੜੇ ਭੈੜੇ ਜੀਵਣ ਵਾਲਾ ਤਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਾਧੂਆਂ ਦਾ ਸੁਭਾਗ ਕੀ ਹੈ ਦੁਰਮਤ ਦੇਖ ਦਿਆਲ ਹੋਏ ਜੇ ਕਿਸੇ ਦੀ ਭੈੜੀ ਬੁੱਧੀ ਵੇਖ ਲੈਂਦੇ ਨਾ ਉਹਤੇ ਦਿਆਲਤਾ ਕਰਦੇ ਨੇ ਵੇਖ ਉਹਦੇ ਲਈ ਵੀ ਅਰਦਾਸ ਕਰਦੇ ਨੇ ਇਹ ਪਰਮੇਸ਼ਰ ਵਾਹਿਗੁਰੂ ਜਿਵੇਂ ਸਾਡੇ ਤੇ ਦਇਆ ਕੀਤੀ ਜਿਵੇਂ ਸਾਡੇ ਤੇ ਦਿਆਲਤਾ ਕਰਕੇ ਆਪਣੇ ਚਰਨਾਂ ਦਾ ਆਸਰਾ ਦੇ ਦਿੱਤਾ ਈਵੇਂ ਇਹਦੇ ਤੇ ਵੀ ਕਿਰਪਾ ਕਰ ਦੇ ਇਹਦੇ ਤੇ ਵੀ ਰਹਿਮਤ ਕਰਦੇ ਦੁਰਮਤ ਵੇਖ ਕਰਕੇ ਪੈੜੀ ਬੁੱਧੀ ਵੇਖ ਕਰਕੇ ਰੌਲਾ ਨਹੀਂ ਪਾਉਂਦੇ ਲੋਕਾਂ ਨੂੰ ਜਾ ਕੇ ਵਰਜਦੇ ਨਹੀਂ ਫਿਰਦੇ ਦਿਆਲੂ ਹੋ ਕਰਕੇ ਭਲਾ ਕਰਦੇ ਇਹਦੇ ਵੀ ਪੈੜੀ ਬੁੱਧੀ ਵੇਖ ਕਰਕੇ ਦਿਆਲ ਹੋ ਗਏ ਬੇਨਤੀ ਸੁਣ ਕੇ ਕਹਿਣ ਲੱਗੇ ਲੈ ਤੀਏ ਆਹ ਤੋਤਾ ਸਾਡੇ ਪਾਸੋਂ ਲੈ ਲਿਆ ਬਾਬਾ ਜੀ ਇਹਦੇ ਨਾਲ ਕੀ ਕਰਾਂਗੇ ਇਹ ਕਿਸ ਕੰਮ ਦਾ ਕਹਿਣ ਲੱਗੇ ਤੀਏ ਇਹ RAM RAM ਇਹਨੂੰ ਜਪਾਇਆ ਕਰੀ ਹਰ ਰੋਜ਼ ਉੱਠ ਕਰਕੇ ਇਹ RAM RAM ਜਪਦਾ ਏ ਜਦੋਂ ਤੇਰੀ ਜ਼ਬਾਨ ਤੋਂ RAM RAM ਸੁਨੇਗਾ ਅਗੋਂ ਜਵਾਬ ਵਿੱਚ RAM RAM ਬੋਲੇਗਾ ਇਹਨੂੰ ਕੁਝ ਵੀ ਖਾਣ ਨੂੰ ਤਾਂ ਦਮੀ ਜੇ ਇਹ RAM RAM ਕਵੇ ਤੇ ਤੇ ਅੱਗੇ ਭਾਈ ਸਾਹਿਬ ਲਿਖਦੇ ਨੇ ਲਿਵ ਲੱਗੀ ਇਸ ਤੋਤੇ ਨੂੰ ਉਹ ਤੋਤੇ ਨੂੰ RAM RAM ਪਰਮੇਸ਼ਰ ਦਾ ਨਾਮ ਜਪਾਉਂਦਿਆਂ ਹੋਇਆਂ ਇਸ ਬੀਬੀ ਗਣਕਾ ਦੀ ਭੈੜੇ ਜੀਵਣ ਵਾਲੀ ਦੀ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਲਿਵ ਲੱਗ ਗਈ ਤੇ ਕੀ ਹੋਇਆ ਜਿਸ ਸਮੇਂ ਅੰਤ ਸਮਾ ਆਇਆ ਭਾਈ ਉਸ ਸਮੇਂ ਇਹ ਤੋਤੇ ਨੂੰ ਸਵੇਰੇ ਉੱਠ ਕਰਕੇ ਤੇ ਰਾਮ ਰਾਮ ਜਪਾਉਣ ਵਾਸਤੇ ਗਈ ਹੈ ਅੰਮ੍ਰਿਤ ਵੇਲੇ ਦਾ ਨਿਜਮ ਬਣ ਗਿਆ ਰੋਜ਼ ਉੱਠ ਕੇ ਨਾਲੇ ਆਪ ਰਾਮ ਰਾਮ ਜਪਣਾ ਤੇ ਨਾਲੇ ਇਸ ਤੋਤੇ ਨੂੰ ਜਪਾਉਣਾ ਸਵੇਰੇ ਉੱਠ ਕਰਕੇ ਜਾ ਕਰਕੇ ਇਸ ਨੂੰ ਰਾਮ ਰਾਮ ਦੀਆਂ ਆਵਾਜ਼ਾਂ ਦਿੱਤੀਆਂ ਪਰ ਇਹ ਆਵਾਜ਼ ਨਹੀਂ ਦਿੰਦਾ ਬਾਣਾ ਵਰ ਚੁੱਕਿਆ ਸੀ ਰਾਤ ਨੂੰ ਸੱਪ ਨਿਕਲ ਕਰਕੇ ਇਹਦੇ ਪਿੰਜਰੇ 'ਚ ਵੜਿਆ ਤੋਤੇ ਦੇ ਉਹਨੇ ਡੰਗ ਮਾਰਿਆ ਮਾਰ ਦਿੱਤਾ ਉਸ ਨੂੰ ਅਨੇ ਰਾਸੀ ਰਾਤ ਦਾ ਇਹਨੇ ਜਾ ਕਰਕੇ ਪਿੰਜਰੇ ਚ ਹੱਥ ਪਾਇਆ ਨਾਲ ਵਾਰ-ਵਾਰ ਬੋਲ ਰਹੀ ਹੈ ਬੋਲ ਮਿੱਠੂ ਰਾਮ 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 ਵਾਰ-ਵਾਰ ਕਹਿਣੇ ਤੇ ਜਿਸਮੇ ਨਹੀਂ ਬੋਲਿਆ ਪਿੰਜਰੇ ਚ ਹੱਥ ਪਾਇਆ ਹੱਥ ਪਾਉਣੇ ਤੇ ਉਸਨੇ ਡੰਕ ਮਾਰਿਆ ਸੱਪ ਨੇ ਇਸ ਗਣਕਾ ਨੂੰ ਵੀ ਤੇ ਰਾਮ ਰਾਮ ਪਰਮੇਸ਼ਰ ਵਾਹਿਗੁਰੂ ਦਾ ਸਮਰਨ ਸੁਨਾਤੇ ਹੋਣ ਤੇ ਮਰਨੇ ਤੇ ਕਹਿੰਦੇ ਗਈ ਬਕੁੰਠ ਬਿਬਾਨ ਚੜ ਨਰਕੇ ਵਿੱਚ ਨਾ ਖਾਦ ਸਗੋ ਉਹੋ ਹੀ ਗਣਕਾ ਪਰਮੇਸ਼ਰ ਦਾ ਨਾਮ ਜਪਣੇ ਤੇ ਇੱਕ ਤੋਤੇ ਦੇ ਜਰੀਏ ਕਰਕੇ ਬਿਬਾਣ ਦੇ ਉੱਤੇ ਚੜ ਕੇ ਤੇ ਬਕੁੰਠ ਸੱਜਖੰਡ ਕਰਨ ਨੂੰ ਗਈ ਇਹ ਪਰਮੇਸ਼ਰ ਦੀ ਜੱਪੇ ਹੋਏ ਨਾਮ ਦੀ ਕਿਰਪਾ ਹਨ ਕਰਪਾਲੂ ਜੀ ਇੱਥੇ ਵੀ ਬਖਸ਼ਿਸ਼ ਕਰਦੇ ਨੇ ਗੁਰੂ ਕਾ ਸਿੱਖਾ ਕਾਦੇ ਲਈ ਤੂੰ ਇਹ ਨਹੀਂ ਕਰਦਾ ਕਿਉਂ ਨਹੀਂ ਨਾਮ ਨਾਮ ਜਪਦਾ ਇਹ ਮਨ ਨੂੰ ਉਪਦੇਸ਼ ਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣਕਾ ਸੀ ਉਦਰੀ ਤਾਕੋ ਜਸ ਉਰ ਧਾਰੋ ਵੇਖ ਜੇ ਦਾ ਸਮਰਨ ਕਰਨੇ ਤੇ ਗਣ ਕਾ ਪਾਪਨ ਵੀ ਉਧਰ ਗਈ ਉਹਦਾ ਵੀ ਉਧਾਰ ਹੋ ਗਿਆ ਹੈ ਉੱਤੇ ਵੀ ਬਖਸ਼ਿਸ਼ ਹੋ ਗਈ ਹੈ ਉਸ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸਮਰਨ ਹੈ ਉਹਨੂੰ ਚਿੱਤ ਵਿੱਚ ਰੱਖਣਾ ਕਰ ਤੇ ਅੱਗੇ ਮਹਾਰਾਜ ਕੋਈ ਹੋਰ ਪ੍ਰਮਾਣ ਦੇਵੋ ਠੀਕ ਹੈ ਮੰਨ ਗਏ ਹਾਂ ਕੋਈ ਹੋਰ ਅਸੀਂ ਉੱਤੇ ਪੜੇ ਜੀਵਨ ਵਾਲੀ ਸੀ ਉਹ ਰਾਮ ਰਾਮ ਉਹਨੂੰ ਜਪਣਾ ਪੈ ਗਿਆ ਜੀ ਠੀਕ ਹੈ ਤੋਤੇ ਦਾ ਜਰੀਆ ਬਣ ਗਿਆ ਹੋਵੇਗਾ ਕੋਈ ਹੋਰ ਦੱਸੋ ਅਸੀਂ ਸਾਡੇ ਪਾਸ ਚਾਰ ਢਿਲੇ ਹੈਗੇ ਨੇ ਅਸੀਂ ਅਜੇ ਰਾਮ ਰਾਮ ਨਹੀਂ ਜੇ ਜਪਣ ਨੂੰ ਸਾਡਾ ਜੀ ਕਰਦਾ ਕੋਈ ਵੱਡੇ ਰਾਜ ਰਾਜ ਘਰਾਣੇ ਦਾ ਕੋਈ ਹੋਵੇ ਉਹਦੇ ਬਾਬਤ ਦੱਸੋ ਕਹਿਣ ਲੱਗੇ ਅਟਲ ਭਇਓ ਤਰੂ ਜਾ ਕੇ ਸਿਮਰਨ ਅਰੰਦਰ ਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਸਰਾਇਆ ਕਹਿਣ ਲੱਗੇ ਹੋਰ ਤੈਨੂੰ ਦੱਸ ਦਿੰਨੇ ਹਾਂ ਰਾਜੇ ਦਾ ਪੁੱਤਰ ਹੈ ਤਰੂ ਤੇ ਤਰੂ ਜੀ ਨੇ ਕੀ ਕੀਤਾ ਹੈ ਕਿ ਆਣ ਕਰਕੇ ਆਪਣੇ ਪਿਤਾ ਦੀ ਗੋਦੀ ਵਿੱਚ ਬੈਠ ਗਏ ਮਤਰਾਈ ਨੇ ਵੇਖਿਆ ਕਿ ਇਹ ਬਾਲ ਆਣ ਕਰਕੇ ਬੈਠਾ ਹੋਇਆ ਪਿਤਾ ਦੀ ਗੋਦੀ ਵਿੱਚ ਉਹਨੇ ਬਾਹੋਂ ਪਕੜ ਕਰਕੇ ਉਠਾਲ ਦਿੱਤਾ ਇਹਦੀ ਵੀ ਕਥਾ ਭਾਈ ਸਾਹਿਬ ਜੀ ਨੇ ਬੜੀ ਸੁੰਦਰ ਲਿਖੀ ਹੈ ਸੋ ਬਚਨ ਕਰਦੇ ਹਨ ਕਿ ਤਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਾਈ ਕੀਤਾ ਡੱਡੋ ਲਿੱਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਸ੍ਰੀਤਾ ਸਵਾਣੀ ਹਾ ਜਨਮਦੀ ਨਾਮ ਨਾ ਭਗਤੀ ਕਰਮ ਦ੍ਰਿੜਿਤਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਪਰਮੇਸ਼ਰ ਆਰਾਧਿਏ ਜਿੰਦੂ ਹੋਈਏ ਪਤਿਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈ ਰਾਗੀ ਭੇ ਅਤੀਤਾ ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਅਮੇਉ ਰਸ ਪੀਤਾ ਹਾਰ ਪਿੱਛੋ ਰਾਜੇ ਸਦਿਆ ਅਬ ਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮਖ ਜਗਤ ਤਨ ਸਤਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਗੁਰੂ ਕਾ ਸਿੱਖਾ ਵੇਖ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਨੇ ਤੇ ਪੰਜਾਂ ਵਰਿਆਂ ਦਾ ਬਾਲਕ ਤਰੂ ਪੰਜਾਂ ਵਰਿਆਂ ਦਾ ਕੋਈ ਬਹੁਤੀ ਵੱਡੀ ਉਮਰ ਨਹੀਂ ਪੰਜ ਵਰਿਆਂ ਦੇ ਕੱਕੇ ਨੂੰ ਪਿਓ ਦੀ ਗੋਦੀ ਵਿੱਚੋਂ ਪਕੜ ਕਰਕੇ ਤੇ ਮਤਰਈ ਮਾਣੇ ਉਠਾਲ ਦਿੱਤਾ ਹੈ ਕਿ ਤੇਰਾ ਇਹ ਥਾਂ ਨਹੀਂ ਇੱਥੇ ਮੇਰਾ ਪੁੱਤਰ ਬੈਠੇ ਤੂੰ ਇਸ ਗੋਦੀ ਵਿੱਚ ਨਹੀਂ ਬੈਠ ਸਕਦਾ ਬੱਚਾ ਕੀ ਬੱਚੇ ਦਾ ਸੁਭਾਅ ਮਨ ਵਿੱਚ ਬੜੀ ਚੋਟ ਲੱਗੀ ਕਿ ਮੈਂ ਤੇ ਆਪਣੇ ਬਾਪੂ ਦੀ ਗੋਦੀ ਵਿੱਚ ਬੈਠਾ ਹੋਇਆ ਸਾਂ ਮੈਨੂੰ ਕਾਹਦੇ ਲਈ ਉਠਾਲ ਲਿਆ ਗਿਆ ਸੋ ਵਰਲਾਪ ਕਰਦੇ ਹੋਏ ਨੇ ਜਾ ਕਰਕੇ ਮਾਂ ਦੇ ਗੱਲ ਨੂੰ ਬਾਵਾ ਪਾਈਆਂ ਮਾਂ ਮੇਰੀਏ ਮੇਰੀਏ ਅੰਮੀਏ ਮੈਨੂੰ ਇੱਕ ਗੱਲ ਦੱਸੀ ਖਾਂ ਹਾਂ ਪੁੱਤਰ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਮਾਤਾ ਤੂੰ ਸੁਆਣੀ ਹੈ ਤੇ ਗੋਲੀ ਹੈ ਜਿਹੜੇ ਆਪਾਂ ਬਚਨ ਪੜ੍ਹਦੇ ਆਣਾ ਕਿ ਡੱਡੋ ਲਿਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸ੍ਰੀਤਾ ਸੋ ਮੇਰੀ ਮਾਤਾ ਧੁਰਾਣੀ ਏ ਜਾਂ ਗੋਲੀ ਏ ਮੈਨੂੰ ਇਹ ਨਹੀਂ ਸਮਝ ਆਉਂਦੀ ਸੋ ਉਸ ਸਮੇਂ ਬਚਨ ਕੀਤੇ ਸੁਆਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜਾ ਕਹਿਣ ਲੱਗਾ ਕਹਿਣ ਲੱਗੀ ਮਾਂ ਚੰਗੇ ਕਰਮਾਂ ਵਾਲੀ ਮਾਤਾ ਇਹ ਚੰਗੀ ਮਾਂ ਹੀ ਸਿੱਖਿਆ ਦੇ ਸਕਦੀ ਹੈ ਸੋ ਚੰਗੇ ਕਰਮਾਂ ਵਾਲੀ ਮਾਤਾ ਨੇ ਚੰਗੀ ਮਾਂ ਨੇ ਸਿੱਖਿਆ ਦਿੱਤੀ ਕਹਿਣ ਲੱਗੀ ਪੁੱਤ ਹਾਂ ਤਾਂ ਸੁਆਣੀ ਜੰਮੀ ਰਾਜੇ ਦੇ ਘਰੇ ਵਿਆਹੀ ਰਾਜੇ ਵੱਲ ਗਈ ਹਾਂ ਤੇ ਫਿਰ ਮਾਤਾ ਮੇਰੇ ਨਾਲ ਇਹਨਾਂ ਜਿਹੜਾ ਵਖਰੇਵਾ ਕਿਉਂ ਮੇਰੇ ਨਾਲ ਇਹਨਾਂ ਬੁਰਾ ਸਲੂਕ ਕਿਉਂ ਪਰ ਸੋ ਸਭਾ ਦੇ ਵਿੱਚ ਕੀਤਾ ਗਿਆ ਇਹ ਕਾਰਨ ਕੀ ਹੈ ਕਹਿਣ ਲੱਗੀ ਪੁੱਤ ਤੇਰੀ ਮਾਂ ਨੇ ਨਾਮ ਨਹੀਂ ਜਪਿਆ ਤੇਰੀ ਮਾਂ ਨੇ ਬੰਦਗੀ ਭਗਤੀ ਨਹੀਂ ਕੀਤੀ ਪਰਮੇਸ਼ਰ ਦੀ ਇਹ ਤੇਰੇ ਮਾਂ ਦੇ ਕਰਮਾਂ ਦੀ ਸਜ਼ਾ ਤੈਨੂੰ ਮਿਲੀ ਹੈ ਤੈਨੂੰ ਤੇਰੇ ਕਰਮਾਂ ਦੀ ਸਜ਼ਾ ਨਹੀਂ ਮਿਲੇ ਜੇ ਕਿਤੇ ਤੇਰੀ ਮਾਂ ਨੇ ਬੰਦਗੀ ਭਗਤੀ ਕੀਤੀ ਹੁੰਦੀ ਜੇ ਤੇਰੇ ਮਾਂ ਨੇ ਤੇਰੀ ਮਾਂ ਨੇ ਕਿਤੇ ਪਰਮੇਸ਼ਰ ਦਾ ਨਾਮ ਜਪਿਆ ਹੁੰਦਾ ਤੇ ਤੇਰੇ ਨਾਲ ਇਹੋ ਜਿਹਾ ਭੈੜਾ ਵਿਵਹਾਰ ਕਦੇ ਚਿਤ ਨਹੀਂ ਸੀ ਆ ਸ਼ਾਮਾ ਤਾਂ ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਨੂੰ ਦੱਸ ਹਾਂ ਕਿਸ ਉਦਮ ਤੇ ਰਾਜ ਮਿਲੇ ਛਤਰੂ ਤੇ ਸਭ ਹੋਵਣ ਮੀਤਾ ਤੇ ਕਰਮਾਂ ਵਾਲੀ ਮਾਂ ਕਹਨ ਲੱਗੀ ਪਰਮੇਸ਼ਰ ਆਰਾਧਿਏ ਜਿੰਦੂ ਹੋਈਏ ਪਵਨ ਪਣੀਤਾ ਕਹਨ ਲੱਗੀ ਪੁੱਤ ਪਰਮੇਸ਼ਰ ਦਾ ਆਰਾਧਨ ਕਰੀਏ ਨਾ ਜੇ ਪਰਮੇਸ਼ਰ ਦੀ ਭਗਤੀ ਕਰੀਏ ਤੇ ਪਦ ਪਦਤ ਵੀ ਜਿਹੜੇ ਨੇ ਨਾ ਪਾਪੀ ਵੀ ਉਹ ਵੀ ਪੁਨੀਤ ਹੋ ਜਾਂਦੇ ਨੇ ਤੂੰ ਤੇ ਮੇਰੇ ਪੁੱਤ ਅਜੇ ਪਾਪ ਕੀਤਾ ਹੀ ਕੋਈ ਨਹੀਂ ਤੂੰ ਤੇ ਬਾਲਕ ਅਵਸਥਾ ਵਿੱਚ ਹੈ ਤੇਰੇ ਤੇ ਭਲਾ ਪਰਮੇਸ਼ਰ ਕਿਉਂ ਨਹੀਂ ਕਿਰਪਾ ਕਰੇਗਾ ਉਸ ਸਮੇਂ ਕਹਿੰਦੇ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਪਏ ਅਤੀਤਾ ਮਾਤਾ ਦੀ ਸਿੱਖਿਆ ਮੰਨ ਕਰਕੇ ਭਗਤ ਧਰੂ ਜੀ ਉਸ ਸਮੇਂ ਤਪ ਕਰਨ ਵਾਸਤੇ ਬਾਹਰ ਨੂੰ ਚੱਲ ਪਏ ਹਨ ਜਦੋਂ ਅਜੇ ਚੱਲੇ ਨੇ ਰਸਤੇ ਵਿੱਚ ਪਹੁੰਚੇ ਨੇ ਸੋ ਚਾਰ ਸ਼ਫੇਰੇ ਬੜੀ ਚਰਚਾ ਹੋਈ ਕਿ ਬੜੀ ਛੋਟੀ ਜੀ ਉਮਰ ਦਾ ਬਾਲਕ ਜਿਹੜਾ ਹੈ ਉਹ ਭਗਤੀ ਕਰਨ ਵਾਸਤੇ ਤੁਰ ਪਿਆ ਹੈ ਸੋ ਨਾਰਦ मुनि ਜੀ ਨੇ ਆਣ ਕਰਕੇ ਉਸ ਸਮੇਂ ਰਸਤਾ ਰੋਕਿਆ ਕਹਿਣ ਲੱਗੇ ਵੇ ਆ ਜਾ ਤੇਰੇ ਪਿਤਾਣਾ ਮੈਂ ਨਾਰਦ मुनि ਆ ਬ੍ਰਹਮਾ ਦਾ ਪੁੱਤਰ ਆ ਤੇਰੇ ਪਿਤਾਣਾ ਗੱਲ ਕਰਦੇ ਤੈਨੂੰ ਅੱਧਾ ਰਾਜ ਭਾਗ ਦਵਾ ਦੇਣੇ ਹੱਸ ਪਿਆ ਬਾਲਕ ਕਹਿਣ ਲੱਗਾ ਨਾਰਦ ਜੀ ਤੁਸੀਂ ਸਿਆਣੇ ਲੱਗਦੇ ਜੇ ਬੜੇ ਜ਼ਿਆਦਾ ਪਰ ਗੱਲਾਂ ਬੜੀਆਂ ਪੋਲੀਆਂ ਕਰਦੇ ਕੀ ਕਾਰਨ ਬੱਚਿਆ ਕਿਉਂ ਐਵੇਂ ਤੂੰ ਕਹਿਣਾ ਹੈ ਕਹਿੰਦੇ ਵੇਖੋ ਅਜੇ ਮੈਂ ਭਗਤੀ ਸ਼ੁਰੂ ਨਹੀਂ ਕੀਤੀ ਅਜੇ ਤੇ ਉਹਦੀ ਭਗਤੀ ਕਰਨ ਵਾਸਤੇ ਤੁਰਿਆ ਹੀ ਹਾਂ ਤੇ ਅੱਧਾ ਮਿਲਣ ਲੱਗ ਪਿਆ ਜਿਹਦੇ ਘਰ ਨੂੰ ਤੁਰਦਿਆਂ ਹੀ ਅੱਧਾ ਮਿਲਦਾ ਹੈ ਮੈਂ ਪੂਰਾ ਲੈ ਕੇ ਭळा ਕਿਉਂ ਨਾ ਮੁੜਾਂ ਜੇ ਲਵਾਂਗਾ ਤੇ ਪੂਰਾ ਹੀ ਰਾਜ ਲਵਾਂਗਾ ਨਹੀਂ ਤੇ ਅੱਧੇ ਨਾਲ ਮੈਂ ਨਹੀਂ ਮੰਨਦਾ ਅਗਲੀ ਉਸ ਸਮੇਂ ਗੱਲ ਨਾਰਦ ਜੀ ਨੇ ਕਹਿੰਦੇ ਕਹੀ ਹੈ ਕਿ ਤੈਨੂੰ ਪਾਈ ਇਸ ਸੰਸਾਰ ਦੀ ਮਰਿਆਦਾ ਨਹੀਂ ਪਤਾ ਧਰਮ ਦੀ ਮਰਿਆਦਾ ਹੈ ਇੱਕ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ ਹੈ ਜਿਹੜਾ ਗੁਰੂ ਨਾ ਧਾਰਨ ਕਰੇ ਉਹ ਨਾਮ ਨਹੀਂ ਜਪ ਸਕਦਾ ਤੂੰ ਐਵੇਂ ਕਰ ਪਹਿਲਾਂ ਗੁਰੂ ਧਾਰਨ ਕਰਕੇ ਤੇ ਉਹਦੇ ਪਾਸੋਂ ਗੁਰਮੰਤਰ ਦ੍ਰਿੜ ਕਰਕੇ ਤੇ ਫਿਰ ਨਾਮ ਜਪੇਗਾ ਫਿਰ ਭਲਾ ਹੋਵੇਗਾ ਆ ਜਿਹੜੇ ਹੁਣ ਅਜੋਕੇ ਸਮੇਂ ਵਿੱਚ ਵੀ ਕਹਿ ਦਿੰਦੇ ਨਾ ਜੀ ਸਾਡਾ ਅਮਰਤੀ ਅਮਰਤ ਹੈ ਨਾ ਅਸੀਂ ਕੁਝ ਖਾਈਏ ਨਾ ਪੀਏ ਜੀ ਅਸੀਂ ਝੂਠ ਨਹੀਂ ਬੋਲਦੇ ਜੀ ਕਿਰਪਾਨਾਂ ਵਾਲੇ ਝੂਠ ਬੋਲਦੇ ਫਿਰਦੇ ਆ ਅਸੀਂ ਸਾਨੂੰ ਅਮਰ ਛਕਣ ਦੀ ਕੀ ਲੋੜ ਇਹ ਆਦਿਕਾਲ ਤੋਂ ਗੁਰੂ ਕੇ ਸਿੱਖੋਂ ਮਰਿਆ ਦਾ ਆਦਿਕਾਲ ਤੋਂ ਜਿਨ ਨੇ ਕਿਸੇ ਨੂੰ ਗੁਰੂ ਧਾਰਨ ਕਰਕੇ ਗੁਰਮੰਤਰ ਦ੍ਰਿੜ ਨਹੀਂ ਕੀਤਾ ਦੰਬੀਆਂ ਤੇ ਪਖੰਡੀਆਂ ਨੂੰ ਨਹੀਂ ਉਹ ਗੁਰੂ ਨਹੀਂ ਜਿਹੜੇ ਕਹਿੰਦੇ ਨੇ ਕੰਨਾ ਮੰਨਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਉਹਨਾਂ ਦੀ ਬਾਤ ਨਹੀਂ ਜਿਹੜੇ ਗੁਰੂ ਕੀ ਬਾਣੀ ਤੋਂ ਗੁਰੂ ਕੇ ਸ਼ਬਦ ਤੋਂ ਤੋੜਦੇ ਹੋਣ ਦਾਸ ਉਹਨਾਂ ਦੀ ਬਾਤ ਨਹੀਂ ਕਰ ਰਿਹਾ ਆਦ ਕਾਲ ਤੋਂ ਇਹ ਮਰਿਆਦਾ ਹੈ ਕਿ ਗੁਰੂ ਧਰਨ ਤੋਂ ਬਿਨਾ ਕਿਸੇ ਦੀ ਵੀ ਗਤੀ ਨਹੀਂ ਹੋ ਸਕਦੀ ਮੁਕਤੀ ਨਹੀਂ ਹੋ ਸਕਦੀ ਆ ਆਮੀ ਸਾਡੀ ਇੱਕ ਅਖਾਣ ਹੈ ਪੰਜਾਬੀ ਦਾ ਕਿ ਸਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ ਗੁਰੂ ਤੋਂ ਬਿਨਾ ਗਤੀ ਮੁਕਤੀ ਨਹੀਂ ਹੋ ਸਕਦੇ ਤੇ ਜਿਹੜੇ ਆਪੋ ਹੀ ਸਿਆਣੇ ਬਣ ਕੇ ਬੈਠੇ ਹੋਏ ਹੋਣ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਬਾਬਤ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਨਗੁਰੇ ਕਾਹ ਹੈ ਨਾਉ ਬੁਰਾ ਮਾਰੇ ਕਹਿੰਦੇ ਨਗੁਰੇ ਦਾ ਨਾਮ ਲੈਣਾ ਵੀ ਪਾਪ ਹੈ ਨਾ ਲੈਣਾ ਨਾਰਦ मुनि ਕਹਿੰਨ ਲੱਗਾ ਓਏ ਭਗਤਾ ਗੱਲ ਠੀਕ ਹੈ ਤੇਰੀ ਬਾਲਕਾ ਪਰ ਤੈਨੂੰ ਇਹ ਚੇਤੇ ਰੱਖਣਾ ਚਾਹੀਦਾ ਏ ਜਿੰਨੇ ਨਾਮ ਜਪਣਾ ਹੈ ਉਹਨੂੰ ਗੁਰੂ ਜ਼ਰੂਰ ਧਾਰਨ ਕਰਨਾ ਪਵੇਗਾ ਤੂੰ ਗੁਰੂ ਧਾਰਨ ਕਰ ਫਿਰ ਤੇਰੀ ਬਾਤ ਬਣੇਗੀ ਉਸ ਸਮੇ ਕਹਿਣ ਲੱਗੇ ਜੀ ਹੁਣ ਤੁਸੀਂ ਆਏ ਜੇ ਬਾਕੀ ਸਾਰੀਆਂ ਗੱਲਾਂ ਦੱਸ ਦਿੱਤੀਆਂ ਤੁਸੀਂ ਮੇਰੇ ਗੁਰੂ ਪੜਾ ਕਿਉਂ ਨਹੀਂ ਬਣ ਜਾਂਦੇ ਤੁਸੀਂ ਮੇਰੇ ਗੁਰੂ ਬਣ ਜਾਵੋ ਤੁਸੀਂ ਮੈਨੂੰ ਉਪਦੇਸ਼ ਦਵੋ ਤੇ ਮੈਂ ਭਗਤੀ ਕਰਾਂ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ ਨਾਰਦ मुनि ਜੀ ਦੇ ਉਪਦੇਸ਼ ਕਰਨੇ ਤੇ ਉਹਨਾਂ ਨੂੰ ਗੁਰੂ ਧਾਰਨ ਕਰਕੇ ਉਹਨਾਂ ਪਾਸੋਂ ਗੁਰਮੰਤਰ ਦੀ ਦਾਤ ਪ੍ਰਾਪਤ ਕਰਕੇ ਭਗਤ ਤਰੂ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਅਟਲ ਭयो ਤਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਉਹ ਸਿਮਰਨ ਭਗਤੀ ਕਰਕੇ ਪੰਜਾਂ ਸਾਲਾਂ ਦਾ ਬਾਲਕ ਉਹਨੇ ਭਾਈ ਨਿਰਭੈ ਪਦਵੀ ਨੂੰ ਪਾਲਿਆ ਭਾਉ ਤੁਰਾਤ ਪਦਵੀ ਨੂੰ ਤੈਨੂੰ ਪੜਾ ਕਿਉਂ ਨਹੀਂ ਮਿਲ ਜਾਵੇਗੀ ਤੂੰ ਕਾਦੇ ਲਈ ਐਵੇਂ ਵਕਾਰਾਂ ਤੋਂ ਡਰਦਾ ਫਿਰਦਾ ਏ ਜੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਅੰਦਰ ਪਾਓ ਕਿਵੇਂ ਹੋ ਜਾਵਾਂਗੇ ਹੁਣ ਤੇ ਪੰਜੇ ਡਰਾਉਂਦੇ ਫਿਰਦੇ ਕਦੀ ਕਾਮ ਨੇ ਟਾਲਿਆ ਕਦੀ ਕ੍ਰੋਧ ਨੇ ਟਾਲਿਆ ਕਦੀ ਲੋਭ ਦੇ ਮਾਰੇ ਮਰਦੇ ਫਿਰਦੇ ਕਦੀ ਮੋਹ ਦੀ ਲਪੇਟ ਵਿੱਚ ਆ ਗਏ ਕਦੀ ਹੰਕਾਰ ਨੇ ਮਾਰ ਲਿਆ ਪਰ ਜਿਨ੍ਹਾਂ ਦੇ ਸਤਿਗੁਰੂ ਸਾਹਿਬ ਜੀ ਰਖਵਾਲੇ ਹੋ ਗਏ ਜਿਨ੍ਹਾਂ ਨੇ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਕਰ ਲਿਆ ਕਿਰਪਾਲੂ ਜੀ ਨੂੰ ਪੁੱਛੀਏ ਮਹਾਰਾਜ ਭਲਾ ਜੇ ਤੁਹਾਨੂੰ ਮਿਲ ਜਾਈਏ ਤੇ ਫਿਰ ਸਾਡਾ ਡਰ ਲੱਥ ਜਾਵੇਗਾ ਆ ਜਿਹੜੇ ਪੰਜੇ ਵਿਕਾਰ ਸਾਨੂੰ ਟੋਂਦੇ ਫਿਰਦੇ ਨੇ ਇਹ ਬੜਾ ਪਾਸੇ ਹੋ ਜਾਣਗੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਗੁਰਦੇਵ ਜੀ ਨੇ ਜਦੋਂ ਕੰਡ ਮੋਢੇ ਤੇ ਥਾਪੀ ਦਿੱਤੀ ਕਹਿੰਦੇ ਪੰਜੇ ਦੇ ਪੰਜੇ ਹੀ ਸੋ ਇਹ ਪੰਜਾਂ ਨੂੰ ਟਾਲਿਆ ਮਹਾਰਾਜ ਫਿਰ ਕੱਲੇ-ਕੱਲੇ ਨੂੰ ਟਾਇਆ ਹੋਵੇਗਾ ਨਹੀਂ ਪਾਏ ਇਸ ਤੋਂ ਪਹਿਲਾਂ ਬਚਨ ਕੀਤੇ ਨੇ ਸਭ ਇਕੱਠੇ ਹੋਏ ਆਇਆ ਇੱਕ ਜਸਨ ਵਾਟ ਵਟਾਇਆ ਮਨ ਲੱਥੇ ਲੈਂਦੇ ਫੇਰੀਆਂ ਸੋ ਇਹ ਸਾਰੇ ਦੇ ਸਾਰੇ ਇਕੱਠੇ ਹੀ ਹੋ ਕੇ ਆਏ ਸਾਰੇਆਂ ਨੂੰ ਇਕੱਠਿਆਂ ਨੂੰ ਹੀ ਜਦੋਂ ਇਕੱਠਾ ਹਮਲਾ ਇਹਨਾਂ ਕੀਤਾ ਉਦੋਂ ਵੀ ਗੁਰੂ ਕੇ ਸਿੱਖਾਂ ਨੇ ਟਾਰਿਆ ਵਕਾਰ ਨਹੀਂ ਪਾਉਂਦੇ ਫਿਰ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਸਭ ਤੋਂ ਉੱਚੇ ਤੇ ਸਭ ਤੋਂ ਵੱਡੇ ਹੋ ਜਾਂਦੇ ਹਨ ਗੁਰੂ ਕੇ ਸਿੱਖ ਸਾਰਿਆਂ ਨੂੰ ਵੱਖਰੀ ਬਾਤ ਹੋ ਜਾਂਦੀ ਕਿਸੇ ਤਰੀਕੇ ਦਾ ਮੋਹ ਉਹਨਾਂ ਨੂੰ ਆਣ ਕਰਕੇ ਵਿਆਪਦਾ ਨਹੀਂ ਉਹ ਤੇ ਫਿਰ ਵੇਖ ਲਓ ਉਹ ਲੋਭ ਤੇ ਲੋਭ ਉਹਨਾਂ ਨੂੰ ਕੀ ਹੋ ਸਕਦਾ ਹੈ ਆਪਾਂ ਇੱਕ ਇੱਕ ਗੁਰਸਿੱਖ ਦਾ ਜੀਵਨ ਪੜ ਲੀਏ ਵੇਖ ਲਵੋ ਪੰਜਾਂ ਨੇ ਇਕੱਠਾ-ਕੱਠਾ ਹੀ ਹਮਲਾ ਕੀਤਾ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਹੀ ਪੜ ਲੀਏ ਕਾਮ ਧਾ ਲੈਿੰਦਾ ਸਾਰਿਆਂ ਨੂੰ ਤੇ ਬਚਨ ਕਰਦੇ ਨੇ ਗੁਰੂ ਕਾ ਸਿਖਾ ਤੇਰੇ ਨਾਲ ਵੇਖ ਅਸੀਂ ਜਿਹੜਾ ਇਲਾਕੇ ਦਾ ਚੌਧਰੀ ਇਲਾਕੇ ਦਾ ਨਵਾਬ ਉਹ ਕਹਿੰਦਾ ਮੈਂ ਆਪਣੀ ਪੁੱਤਰੀ ਦਾ ਨਾਤਾ ਤੇਰੇ ਨਾਲ ਕਰ ਦਿੰਦਾ ਤੈਨੂੰ ਹਾਕਮ ਬਣਾ ਦਿੰਦਾ ਹਾਕਮ ਇਥੋਂ ਦਾ ਬੜੀ ਸੁੰਦਰ ਸਰੂਪ ਵਾਲੀ ਹੈ ਵੇਹ ਗੁਰੂ ਕੈ ਸਿੱਖਾ ਜੇ ਤੇਰਾ ਚਿੱਤ ਮੰਨਦਾ ਹੋਵੇ ਤੇ ਤੇਰਾ ਵਿਆਹ ਕਰ ਦਈਏ ਕਰਨਾ ਕੀ ਇਹ ਥੋੜੇ ਜੇ ਕੇਸ ਹੀ ਕਤਲ ਕਰਾਉਣੇ ਪੈਣੇ ਹਨ ਤੈਨੂੰ ਆ ਥੋੜੀਆਂ ਜੀਆਂ ਲਬਾਂ ਕਟਾਲਾ ਤੇ ਬਾਤ ਬਣ ਜਾਵੇ ਜਿੱਥੇ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਹੈ ਉਥੇ ਅੱਲਾ ਅੱਲਾ ਕਹਿਣਾ ਲੈਣਾ ਤੇ ਰੱਬ ਦਾ ਨਾਂ ਹੀ ਆਣਾ ਸਿੱਖਾ ਪੜਾ ਇਹਦੇ ਨਾਲ ਫਰਕ ਕੀ ਪੈ ਜਾਵੇਗਾ ਕਿਹੜੀ ਵੱਡੀ ਬਾਤ ਹੋ ਜਾਵੇਗੀ ਇੰਨੀ ਇੱਕ ਗੱਲ ਹੀ ਹੈ ਨਾ ਇੰਨੀ ਇੱਕ ਗੱਲ ਮੰਨਣ ਤੋਂ ਤੇ ਤੈਨੂੰ ਅਣਕਾਰੀ ਨਹੀਂ ਹੋਣਾ ਚਾਹੀਦਾ ਗੁਰੂ ਕੇ ਸਿੱਖ ਨੇ ਆਖਿਆ ਨਹੀਂ ਭਾਈ ਐਵੇਂ ਨਹੀਂ ਹੋ ਸਕਦਾ ਸਭ ਕੁਝ ਤਿਆਗਿਆ ਜਾ ਸਕਦਾ ਪਰ ਧਨ ਕਲਗੀ ਤਰਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੱਚੀ ਦਾ ਤਿਆਗ ਨਹੀਂ ਕੀਤਾ ਜਾ ਸਕਦਾ ਇਹ ਸਿੱਖੀ ਜਿਹੜੀ ਹੈ ਇਹ ਨਹੀਂ ਛੱਡੀ ਜਾ ਸਕਦੀ ਇਥੋਂ ਤੱਕ ਬਚਨ ਕਰ ਦਿੱਤੇ ਕਹਿਣ ਲੱਗੇ ਫਿਰ ਰਾਜ ਭਾਗ ਲੈ ਆਲਾ ਨਾ ਵਿਵਾਹ ਕਰ ਰਾਜ ਭਾਗ ਤੇ ਲੈ ਸਕਦਾ ਹਾਂ ਕਹਿੰਦੇ ਨਹੀਂ ਸਾਜੋ ਸਮਾਜ ਤਰਲੋਕੀ ਕਾ ਰਾਜ ਕਬੀਰ ਕੀ ਦਵਾਰਾ ਕਬੀਰ ਕੀ ਮਾਇਆ ਕਾ ਦਵਾਰ ਖੁੱਲੇਗਾ ਏਤੀ ਭਪੂਤੀ ਕੋ ਦੇਖਤ ਮਿਲਤ ਨਹੀਂ ਤਾਰੂ ਮਰਦੰਗ ਕਾ ਚਿਤ ਡੁੱਲੇਗਾ ਕਹਿਣ ਲੱਗੇ ਕੀ ਕਹਿੰਦੇ ਜੇ ਸਾਜੋ ਸਮਾਜ ਦੇ ਦਈਏ ਕਹਿੰਦੇ ਤਿੰਨਾ ਲੋਕਾਂ ਦਾ ਰਾਜ ਵੀ ਭਾਈ ਤਾਰੂ ਸਿੰਘ ਜੀ ਕਹਿੰਦੇ ਮਿਲ ਜਾਵੇ ਨਾ ਤਿੰਨਾ ਲੋਕਾਂ ਦਾ ਰਾਜ ਇਹ ਤਿੰਨਾ ਲੋਕਾਂ ਦਾ ਰਾਜ ਵੀ ਅਸੀਂ ਕਾਗਦੀ ਵਿਸ਼ਟਾ ਤੋਂ ਵੱਧ ਇੱਕ ਕਾਂ ਦੀ ਵਿੱਠ ਤੋਂ ਵੱਧ ਨਹੀਂ ਜਾਣਦੇ ਕਲਗੀਧਰ ਪ੍ਰੀਤਮ ਸਤਗੁਰੂ ਸਾਹਿਬ ਜੀ ਦੀ ਇੱਕ ਘੜੀ ਦੀ ਸਿੱਖੀ ਦੇ ਮੁਕਾਬਲੇ ਇੱਕ ਘੜੀ ਜੇ ਸਿੱਖੋ ਕਰਕੇ ਜੀ ਜਾਈਏ ਇਸ ਤੋਂ ਪਰੇ ਤਿੰਨਾ ਲੋਕਾਂ ਦਾ ਰਾਜ ਵੀ ਕੱਖ ਨਹੀਂ ਹੈ ਹੋ ਸਕਦਾ ਤੁਸੀਂ ਤੇ ਇੱਕ ਇਲਾਕੇ ਦੇ ਨਵਾਬ ਸਾਨੂੰ ਬਣਾ ਦੇਵੋਗੇ ਨਹੀਂ त्याਗੀ ਜਾ ਸਕਦੇ ਅੱਛਾ ਫਿਰ ਸਿੱਖਾ ਕੇਸਕਤਲ ਤੇਰੇ ਕਰਦੇ ਹੀ ਤਕੇ ਨਾਲ ਕਹਿੰਦੇ ਜੇ ਤੇ ਹੋਏ ਗੁਰੂ ਕੇ ਕੇਸ ਤੇ ਤੁਸੀਂ ਧੱਕੇ ਨਾਲ ਕਤਲ ਨਹੀਂ ਕਰ ਸਕਦੇ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਕਹਿਣ ਲੱਗੇ ਨਹੀਂ ਪਾਈ ਮੌਤ ਦਾ ਡਰਾਵਾ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਇਹ ਹੋਵੇ ਕਿ ਅਸੀਂ ਸਦੀਵੀ ਰਹਿਣਾ ਹੈ ਜਿਸ ਦਿਨ ਖੰਡੇ ਬਾਟੇ ਦੀ ਪੌਲ ਛਕੀ ਸੀ ਉਸੇ ਦਿਨ ਹੀ ਕਲਗੀ ਤਰਪੀਤਮ ਸਤਿਗੁਰੂ ਸਾਹਿਬ ਜੀ ਵੱਲੋਂ ਸਾਜੇ ਹੋਏ ਪੰਨਾਂ ਪਿਆਰਿਆਂ ਨੇ ਇਹ ਬਚਨ ਲੈ ਲਿਆ ਸੀ ਕਿ ਇਹ ਸਿਰ ਅਜ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਜੇ ਤਰ ਮnde ਲੇਖੇ ਲਾਉਣਾ ਪਏ ਤੇ ਗੁਰੂ ਕਾ ਸਿੱਖਾ ਪਿੱਛੇ ਨਾ ਹਟੇ ਇਹ ਸਿੱਖ ਤੇ ਹੈ ਇਹ ਸਿਰ ਤੇ ਹੈ ਹੀ ਗੁਰੂ ਕਾ ਹੈ ਇਹ ਸਿਰ ਤੇ ਕੇਸ ਗੁਰੂ ਕੇ ਹਨ ਕਿਸੇ ਮਨੁੱਖ ਦੇ ਦਿੱਤੇ ਹੋਏ ਨਹੀਂ ਇਹਨਾਂ ਨੂੰ ਕੁਝ ਨਹੀਂ ਹੋਵੇਗਾ ਚੰਗਾ ਫਿਰ ਵੇਖਦੇ ਆਂ ਕੁਝ ਹੁੰਦਾ ਤੇ ਨਹੀਂ ਹੁੰਦਾ ਤੇ ਆਪਾਂ ਢਾਡੀ ਕਵੀਸ਼ਰਾ ਤੋਂ ਵਾਰਾ ਸੁਣਦੇ ਆਂ ਕੇਸ ਲੋਹੇ ਦੀਆਂ ਤਾਰਾਂ ਬਣ ਕੇ ਕੈਂਚੀ ਤੋਂ ਨਹੀਂ ਕੱਟੀ ਫਿਰ ਕੈਂਚੀ ਤੋਂ ਕੱਟੇ ਨਹੀਂ ਗਏ ਔੜਕ ਹੁਕਮ ਹੋਇਆ ਕਿ ਇਹਨਾਂ ਦੀ ਖੋਪੜੀ ਲਾ ਦਿੱਤੀ ਖੋਪੜ ਲੱਥੇ ਹੋਏ ਵੀ ਗੁਰੂ ਕੇ ਸਿੱਖ ਦੇ ਬਚਨ ਹਨ ਕਿ ਕਹਿਣ ਲੱਗੇ ਹੁਣ ਚੰਗਾ ਰਿਆਂ ਕਹਿੰਦੇ ਅਜੇ ਨਹੀਂ ਤੈਨੂੰ ਜਕੜੀਆ ਇਹ ਚੇਤਾ ਕਰਾ ਦਈਏ ਕਿ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਖੜਾਂਗੇ ਪਹਿਲਾਂ ਤੈਨੂੰ ਨਰਕਾਂ ਚ ਸੁੱਟਾਂਗੇ ਤੇ ਇਹ ਸਰੀਰ ਨੂੰ ਹੁਕਮਬਾਦ ਵਿੱਚ ਦਵਾਗੇ ਇਹ ਹੈ ਗੁਰੂ ਕੇ ਸਿੱਖ ਦਾ ਜੀਵਨ ਭਾਈ ਸਾਰੇ ਵਿਕਾਰ ਇਕੱਠੇ ਭਾਵੇਂ ਪੌਣ ਲਈ ਆ ਜਾਣ ਤਾਂ ਵੀ ਪੁਏ ਨਹੀਂ ਜਾ ਸਕਦੇ ਨਾ ਕਿਸੇ ਦੀ ਧੀ ਪੈਣ ਦੇ ਸੁੰਦਰ ਸਰੂਪ ਕਰਕੇ ਕਾਮ ਮੋਹ ਰਿਆ ਹੈ ਨਾ ਮਾਇਆ ਪਦਾਰਥਾਂ ਕਰਕੇ ਲੋਭ ਮੋ ਰਿਆ ਹੈ ਹੰਕਾਰ ਤੇ ਹੈ ਹੀ ਕੋਈ ਨਹੀਂ ਕਿ ਮੈਂ ਸਿੱਖਾਂ ਹਾਂ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖੀ ਬਖਸ਼ੀ ਹੈ ਮਾਣ ਕੀ ਹੈ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਉਹਨਾਂ ਦਾ ਮਾਣ ਹੰਕਾਰ ਸਖਾਪਨ ਸਭ ਕੁਝ ਗੁਰੂ ਸਾਹਿਬ ਜੀ ਦੇ ਉੱਤੇ ਹੈ ਭਰੋਸਾ ਹੀ ਗੁਰੂ ਤੇ ਹੈ ਦੂਸਰਾ ਭਰੋਸਾ ਕਰਦੇ ਕੋਈ ਨਹੀਂ ਉਹ ਉਹ ਤੇ ਇੱਕੋ ਹੀ ਕਹਿੰਦੇ ਨੇ ਕਿਸੇ ਹੀ ਕੋਈ ਕੋਏ ਮੰਜ ਨਮਾਣੀ ਹਕ ਤੂੰ ਕਿਉਂ ਨਾ ਮਰੀਜਾ ਰੋਏ ਜਾ ਲਗ ਚੇਤਨਾ ਆਵੇ ਉਹਨਾਂ ਦਾ ਭਰੋਸਾ ਉਹਨਾਂ ਦੀ ਟੇਕ ਓੜਕ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੇ ਹੈ ਹੋਰ ਕਿਸੇ ਤੇ ਉਹ ਟੇਕ ਤੇ ਓੜ ਰੱਖਦੇ ਨਹੀਂ ਪਰਮੇਸ਼ਰ ਦੇ ਪਿਆਰ ਉਹੋ ਹੀ ਪ੍ਰਮਾਣ ਇੱਥੇ ਵੀ ਧੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਉਹ ਗੁਰੂ ਕਾ ਸਿੱਖਾ ਅਟਲ ਭਇਓ ਤਰੂ ਜਾ ਕੈ ਸਿਮਰਨ ਅਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹਿ ਬਸਰਾਇਆ ਕਹਣ ਲੱਗੇ ਵੇਖ ਨਿਰਪੈ ਪਦਵੀ ਨੂੰ ਪਾਲਿਆ ਹੈ ਸੋ ਤਰੂ ਭਗਤ ਜੀ ਨੇ ਵੀ ਤੂੰ ਭਲਾ ਕਦਲੀ ਵਿਸਾਰਨਾ ਕੀਤਾ ਪਰਮੇਸ਼ਰ ਵਾਹਿਗੁਰੂ ਨੂੰ ਤੈਨੂੰ ਨਹੀਂ ਸਿੱਪਲਾਉਣਾ ਚਾਹੀਦਾ ਮਹਾਰਾਜ ਜੀ ਠੀਕ ਹੈ ਅਸੀਂ ਇਹ ਬਾਤ ਮੰਨ ਗਏ ਠੀਕ ਹੈ ਭਗਤੀ ਕੀਤੀ ਪਰ ਮਨੁੱਖਾ ਦੇ ਹੀ ਤੇ ਉਹਨਾਂ ਦੇ پاس ਸੀ ਨਾ ਤੁਹਾਡਾ ਕੀ ਗੁਣ ਹੈ ਤੁਹਾਡੇ ਵਿੱਚ ਵੱਡਾ ਆਪਣਾ ਕੀ ਹੈ ਪਰਮੇਸ਼ਰ ਵੱਡਾ ਕਹੋ ਜਿਆ ਸਾਨੂੰ ਇਹ ਸਿਖਾਇਆ ਗਿਆ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ ਤੁਹਾਡੀ ਗੁਰਬਾਣੀ ਦਾ ਫਰਮਾਨ ਹੈ ਕਿ ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਕੋਤ ਸਾਰਿਆਂ ਵਿੱਚ ਇੱਕੋ ਜੀ ਜੋਤ ਹੈ ਤੁਸੀਂ ਕੇਵਲ ਤੇ ਕੇਵਲ ਮਨੁੱਖਾਂ ਨੂੰ ਸੁਣ ਲਿਆ ਕਿ ਭੈੜੇ ਜੀਵਨ ਵਾਲੀ ਬੀਬੀ ਵੀ ਤਰ ਗਈ ਇੱਕ ਬੱਚਾ ਸੀ ਉਹਨੂੰ ਵੀ ਰਾਜ ਭਾਗ ਦਵਾ ਦਿੱਤਾ ਤੁਸੀਂ ਉਹਨੂੰ ਵੀ ਉਧਾਰ ਕਰ ਦਿੱਤਾ ਅਟਲ ਪਦਵੀ ਉਹਨੂੰ ਪ੍ਰਾਪਤ ਹੋ ਗਈ ਆਪ ਜੀ ਦੀ ਭਗਤੀ ਬੰਦਗੀ ਕਰਨੇ ਤੇ ਇਹ ਕੇਵਲ ਤੇ ਕੇਵਲ ਤੁਸੀਂ ਇਹ ਮਨੁੱਖਾਂ ਨੂੰ ਹੀ ਤਾਰਦੇ ਹੋ ਜਿਹੜਾ ਮਨੁੱਖੀ ਜਾਮੇ ਵਿੱਚ ਹੋਵੇ ਉਹਦਾ ਹੀ ਆਧਾਰ ਹੋ ਸਕਦਾ ਪਰਮੇਸ਼ਰ ਦੀ ਸ਼ਰਨ ਪਿਆ ਤੇ ਹੋਰ ਕਿਸੇ ਦਾ ਵੀ ਹੋ ਸਕਦਾ ਤੇ ਉਸ ਸਮੇਂ ਕਹਨ ਲੱਗੇ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗ੍ਰਹ ਤੈ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਨਾਮ ਕਹਿਤ ਬੰਧਨ ਤੇ ਟੂਟਾ ਕਹਨ ਲੱਗੇ ਭਾਈ ਜਦੋਂ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਇੱਕ ਹਾਥੀ ਨੇ ਗ੍ਰਹਿਣ ਕੀਤੀ ਜਿਨ੍ਹਾਂ ਦੀ ਕਥਾ ਆਉਂਦੀ ਨਾ ਦੋ ਭਾਈ ਸਨ ਰਾਜੇ ਪ੍ਰਾਤਨ ਪ੍ਰਾਣਿਕ ਗ੍ਰੰਥਾਂ ਵਿੱਚ ਇਹਨਾਂ ਦੀ ਕਥਾ ਆਉਂਦੀ ਭਗਤ ਮਾਲਾ ਦੇ ਵਿੱਚ ਵੀ ਇਹ ਕਥਾ ਲਿਖੀ ਹੋਈ ਹੈ ਸੋ ਉੱਥੇ ਦੱਸਿਆ ਹੈ ਕਿ ਇਹ ਦੋਵੇਂ ਭਾਈ ਸਨ ਸੋ ਗੰਧਰਵਜੀ ਦੇ ਪੁੱਤਰ ਹਨ ਵੱਡੇ ਭਾਈ ਨੇ ਜਿਸ ਸਮੇਂ ਪਿਤਾ ਚੜ੍ਹਾਈ ਕਰ ਗਿਆ ਸਾਰਾ ਹੀ ਰਾਜ ਭਾਗ ਆਪਣੇ ਪਾਸ ਰੱਖ ਲਿਆ ਛੋਟੇ ਨੂੰ ਕੁਝ ਨਹੀਂ ਦਿੱਤਾ ਪਰ ਦੋਵੇਂ ਬੰਦਗੀ ਭਗਤੀ ਕਰਨ ਵਾਲੇ ਸਨ ਬਚਨ ਸਿੱਧੀ ਇਹਨਾਂ ਦੇ ਪਾਸ ਸੀ ਕਹਿਣ ਲੱਗਾ ਵੇ ਤੂੰ ਹਾਥੀ ਹੋ ਕੇ ਪੈ ਗਿਆ ਰਾਜ ਨੂੰ ਸਭ ਕੁਝ ਖੋਈ ਜਾਣਾ ਹੈ ਜਾਂ ਮਰ ਕੇ ਹਾਥੀ ਬਣੇਗਾ ਕਹਣ ਲੱਗੇ ਚੰਗਾ ਫਿਰ ਤੂੰ ਤੰਦੂਆ ਬਣ ਜਾਵੇਂ ਜਦੋਂ ਇਹ ਬਚਨ ਕੀਤੇ ਦੋਵਾਂ ਦੇ ਬਚਨ ਕਹਿੰਦੇ ਪੂਰੇ ਹੋਏ ਇੱਕ ਮਰ ਕੇ ਹਾਥੀ ਬਣਿਆ ਤੇ ਦੂਸਰਾ ਜਿਹੜਾ ਹੈ ਉਹ ਮਰ ਕਰਕੇ ਤੰਦੂਆ ਬਣਿਆ ਜਿਸ ਸਮੇ ਇਹ ਹਾਥੀ ਬਣੇ ਹੋਏ ਨੂੰ ਇਹ ਭਗਤ ਮਾਲਾ ਦੇ ਵਿੱਚ ਕਥਾ ਆਉਂਦੀ ਹੈ ਤਾਂ ਦੋਵਰੀ ਦੱਸਿਆ ਕਈ ਪੁੱਛਣਾ ਆ ਜਾਂਦੇ ਜੀ ਇਹ ਪੜਿਆ ਕਿੱਥੋਂ ਤੁਸੀਂ ਪੜ ਕੇ ਕਿੱਥੋਂ ਆਏ ਜੇ ਭਗਤ ਮਾਲਾ ਦੇ ਵਿੱਚ ਇਹ ਕਥਾ ਗੁਰਮਖਾਂ ਪ੍ਰੇਮੀਆਂ ਨੇ ਲਿਖੀ ਹੈ ਕਿ ਇਹ ਹਾਥੀ ਬਣੇ ਹੋਏ ਨੂੰ ਇਹ ਜਿਸ ਸਮੇਂ ਨਾਉਣ ਗਿਆ ਨਦੀ ਦੇ ਵਿੱਚ ਉਸ ਸਮੇਂ ਇਹ ਤੰਦੂਏ ਨੇ ਆਪਣੀਆਂ ਤਾਰਾਂ ਪਾ ਕੇ ਤਿੱਖੇ ਚ ਲੈਣਾ ਕੀਤਾ ਸੋ ਉਸ ਵੇਲੇ ਚਾਇਆ ਕਿ ਇਹਨੂੰ ਮਾਰ ਦੇਵਾਂ ਪਿਛਲੀ ਵਾਰੀ ਇਹਨੇ ਮੇਰਾ ਰਾਜ ਭਾਖ ਹੋਇਆ ਸੀ ਮੈਂ ਇਹਦੇ ਪ੍ਰਾਣ ਹੀ ਖੋ ਲਵਾਂ ਉਸ ਸਮੇਂ ਕਹਿੰਦੇ ਨੇ ਇਹਨੇ ਡੁੱਬਦੇ ਜਾਂਦੇ ਨੇ ਪਰਾ ਬਾਣੀ ਦੁਆਰਾ ਇਸਨੇ ਅਰਦਾਸ ਕੀਤੀ ਹੈ ਇੱਕ ਫੁੱਲ ਦਾ ਕਰਕੇ ਰੁੜਿਆ ਜਾਂਦਾ ਉਹ ਆਤਾ ਨੂੰ ਸੁਟਿਆ ਪਰਮੇਸ਼ਰ ਵਾਹਿਗੁਰੂ ਦੇ ਵੱਲ ਨੂੰ ਕਿਹ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਹੁਣ ਮੇਰੀ ਮਦਦ ਕਰ ਸਕਦਾ ਦੂਸਰਾ ਕੋਈ ਨਹੀਂ ਉਸ ਸਮੇਂ ਦੀ ਕਥਾ ਨੂੰ ਗੁਰਦੇਵ ਇੱਥੇ ਦੱਸਦੇ ਨੇ ਕਿ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੁਟਾ ਗਜ ਨਾਮ ਹੁੰਦਾ ਹੈ ਹਾਥੀ ਦਾ ਗਰਾਹ ਨਾਮ ਹੈ ਤੰਦੂਏ ਦਾ ਸੋ ਉਹਦੀਆਂ ਤਾਰਾਂ ਨੂੰ ਸੁਦਰਸ਼ਨ ਚੱਕਰ ਦੁਆਰਾ ਪਰਮੇਸ਼ਰ ਨੇ ਕੱਟ ਕਰਕੇ ਤੇ ਇਸ ਹਾਥੀ ਦਾ ਪੜਾ ਕੀਤਾ ਭਾਈ ਤੈਨੂੰ ਜਿਹੜੀਆਂ ਇਹ ਤੰਦੂਏ ਦੀਆਂ ਜਾਲਾਂ ਪਈਆਂ ਹੋਈਆਂ ਨੇ ਇਹ ਕਾਲੂਪੀ ਤੰਦੂਏ ਨੇ ਜਿਹੜਾ ਸੋ ਪਸਾਰਾ ਪਸਾਰਿਆ ਹੋਇਆ ਇਹ ਕਿਉਂ ਨਹੀਂ ਟੁੱਟੇਗਾ ਟੁੱਟੇਗਾ ਤਾਂ ਜੇ ਹਾਥੀ ਵਾਂਗ ਸ਼ਰਨ ਪਰਮੇਸ਼ਰ ਵਾਹਿਗੁਰੂ ਦੀ ਤੂੰ ਵੀ ਲੈ ਲਵੇਂ ਜੇ ਆਣ ਕੇ ਇਹ ਬੇਨਤੀ ਕਰ ਦਵੇਂ ਮਹਾਰਾਜ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰੇ ਇਹ ਧਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਸਾਰੀਆਂ ਹੀ ਆਸਾਂ ਲਾ ਕਰਕੇ ਕੋਈ ਵੀ ਆਸ ਚਿੱਤ ਵਿੱਚ ਨਹੀਂ ਰੱਖੀ ਹੋਈ ਸਾਰੀਆਂ ਹੀ ਆਸਾਂ ਲਾ ਕੇ ਤੁਹਾਡਾ ਪੱਲਾ ਪਕੜ ਲਿਆ ਆਪ ਕਿਰਪਾ ਕਰਿਆ ਆਪ ਰਹਿਮਤ ਕਰਿਓ ਹੁਣ ਆਪਣੀ ਫੜੀ ਹੋਈ ਬਾਹਾਂ ਦੀ ਆਪ ਜੀ ਲੱਜਾ ਰੱਖ ਲਿਆ ਜੇ ਆਪ ਸਾਨੂੰ ਧੱਕਾ ਨਾ ਦਿਆ ਜੇ ਆਪ ਕਿਰਪਾ ਕਰਕੇ ਆਪਣੇ ਚਰਨਾਂ 'ਆ ਨਾ ਜੋੜੀ ਰੱਖੋ ਹੁਣ ਸਾਡਾ ਤੁਹਾਡੇ ਤੋਂ ਬਿਨਾ ਕੋਈ ਨਹੀਂ ਪਰ ਨਾਲ ਇਹ ਪ੍ਰਪੱਕਤਾ ਕਰਨੀ ਪਵੇਗੀ ਇਹ ਨਹੀਂ ਕਿ ਅੱਜ ਸਤਿਗੁਰੂ ਸਾਹਿਬ ਜੀ ਦਾ ਪੱਲਾ ਪਕੜਿਆ ਤੇ ਵੀਰਵਾਰ ਨੂੰ ਕਿਤੇ ਹੋਰ ਤੇਲ ਲੈ ਕੇ ਤੁਰਿਆ ਫਿਰੇ ਤੇ ਸ਼ਨੀਵਾਰ ਕਿਤੇ ਹੋਰ ਲੈਣ ਲਈ ਹੋਵੇ ਸਿੱਖਾ ਇਹ ਬਾਤ ਨਹੀਂ ਬਣੇਗੀ ਨਾਲ ਇਹ ਵੀ ਸੰਕਲਪ ਵਚਨ ਕਰਨਾ ਪਵੇਗਾ ਜੋ ਪਹਿਲਾਂ ਕਰਾਉਂਦੇ ਨੇ ਸਤਿਗੁਰੂ ਸਾਹਿਬ ਜੀ ਕਿ ਵਚਨ ਕਰ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮਾਨਿਉ ਸਿਮਰਤ ਸਾਸਤਰ ਵੇਦ ਸਭ ਬਹੁ ਭੇਦ ਕਹ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਮਹਾਰਾਜ ਜੀ ਠੀਕ ਹੈ ਸਮਰਤਿਆ ਸਾਸਤਰ ਵੇਦ ਪ੍ਰਾਣ ਕੁਰਾਨ ਸਾਰੇ ਕੁਝ ਨਾ ਕੁਝ ਗੁਰਮਤ ਦੀ ਗੱਲ ਕਹਿੰਦੇ ਹੋਣਗੇ ਕੁਝ ਗਿਆਨ ਦੱਸਦੇ ਹੋਣਗੇ ਪਰ ਸਾਨੂੰ ਨਹੀਂ ਪਤਾ ਉਹ ਕੀ ਕਹਿੰਦੇ ਅਸੀਂ ਤੇ ਮਹਾਰਾਜ ਜੀ ਜਿੱਦਣ ਦੇ ਤੁਹਾਡੇ ਚਰਨ ਪਕੜ ਲਏ ਨੇ ਜਦੋਂ ਦੇ ਤੁਹਾਡੇ ਚਰਨ ਪਕੜ ਲਏ ਹਨ ਉਦੋਂ ਤੋਂ ਬਾਅਦ ਕਿਸੇ ਹੋਰ ਦਰਵਾਲ ਤੱਕੇ ਹੀ ਨਹੀਂ ਵੇਖਿਆ ਅਸੀਂ ਹੋਰ ਕਿਸੇ ਦਰ ਨੂੰ ਨਹੀਂ ਜਾਣਦੇ ਅਸੀਂ ਤੇ ਇਹੋ ਹੀ ਜਾਣਦੇ ਅਸੀਂ ਆਪ ਜੀ ਦੇ ਸਿੱਖ ਹਾਂ ਤੇ ਤੁਸੀਂ ਸਾਡੇ ਰਖਵਾਲੇ ਸਾਡੀ ਰੱਖਿਆ ਕਰਨ ਵਾਲੇ ਮਹਾਰਾਜ ਜੀ ਅਸੀਂ ਆਪ ਜੀ ਦੀ ਸ਼ਰਨ ਤਾਂ ਗ੍ਰਹਿਣ ਕੀਤੀ ਹੈ ਜਿਵੇਂ ਕਦੀ ਮਨ ਸੁਖ ਵਪਾਰੀ ਦਾ ਬੇੜਾ ਤੁਸੀਂ ਪਾਰ ਕੀਤਾ ਸੀ ਕੀ ਚੇਤੇ ਰਵੇ ਗੁਰਸਿੱਖ ਨੂੰ ਜਦੋਂ ਕਿਤੇ ਇਹ ਨਹੀਂ ਮਨ ਚ ਟਲਾਈ ਨਹੀਂ ਆਉਂਦੀ ਟਲਾਈ ਆ ਸਕਦੀ ਹੈ ਕਿਤੇ ਡੋਲਣ ਲੱਗੇ ਗੁਰੂ ਕਿਰਪਾ ਕਰੇ ਸਾਨੂੰ ਚੇਤੇ ਆ ਜਾਵੇ ਇਹ ਤੇ ਉਹ ਗੁਰੂ ਹੈ ਜਿਨੇ ਮਨ ਸੁਖ ਵਪਾਰੀ ਦੇ ਬੇੜੇ ਨੂੰ ਮੋਢਾ ਲਾ ਕੇ ਪਾਰ ਕਰਾਇਆ ਇਹ ਤੇ ਉਹ ਗੁਰੂ ਹੈ ਜਿਸ ਨੇ ਮੱਖਣ ਸ਼ਾ ਲਬਾਣੇ ਨੂੰ ਜਿਸ ਗੁਰੂ ਦੇ ਆਪਾਂ ਅਰਧ ਤੇ ਬੈਠੇ ਹੋਏ ਹਾਂ ਜੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਮੱਖਣ ਸ਼ਾ ਲਬਾਣਾ ਤੇ ਨਾਮ ਹੀ ਨਹੀਂ ਸੀ ਜਾਣਦਾ ਇਹ ਵੀ ਨਹੀਂ ਸੀ ਪਤਾ بس ਇੰਨਾ ਹੀ ਸਨੇਹਾ ਮਿਲਿਆ ਸੀ ਕਿ ਸਤਿਗੁਰੂ ਸਾਹਿਬ ਜੀ ਅਠਵੇਂ ਪਾਤਸ਼ਾਹ ਜੀ ਨੇ ਸਰੀਰ ਤਿਆਗ ਦਿੱਤਾ ਹੈ ਤੇ ਨੌਵੇਂ ਪਾਤਸ਼ਾਹ ਜੀ ਦਾ ਇਸ਼ਾਰਾ ਕਰ ਦਿੱਤਾ ਹੈ ਕਿ ਬਾਬਾ ਬਸ ਇਹ ਵਿੱਚ ਬਕਾਲੇ ਬਣ ਗੁਰ ਸੰਗਤ ਆਪ ਸੰਭਾਲੇ ਕੇਵਲ ਇੰਨੇ ਹੀ ਬਚਨ ਪੱਲੇ ਸੰ ਤੇ ਬੇਨਤੀ ਕੀ ਕੀਤੀ ਮਹਾਰਾਜ ਮੈਂ ਆਪ ਜੀ ਦਾ ਨਾਮ ਨਹੀਂ ਜਾਣਦਾ ਤੁਸੀਂ ਕੌਣ ਹੋ ਮੈਨੂੰ ਇਨਾ ਪਤਾ ਹੈ ਤੁਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਰੂਪ ਹੋ ਕਿਰਪਾ ਕਰੋ ਇਹ ਸਮੁੰਦਰ ਵਿੱਚ ਮੇਰਾ ਕੋਈ ਹੋਰ ਰਾਖਾ ਨਹੀਂ ਤੁਸੀਂ ਰਾਖੇ ਹੋ ਤੁਸੀਂ ਕਿਰਪਾ ਕਰੋ ਤੁਸੀਂ ਰਹਿਮਤ ਕਰੋ ਜੇ ਤੁਸੀਂ ਕਿਰਪਾ ਦੇ ਘਰ ਵਿੱਚ ਆ ਜਾਵੋ ਤੇ ਤਾਂ ਹੀ ਮੇਰਾ ਭਲਾ ਹੋ ਸਕਦਾ ਹੈ ਆਪ ਕਿਰਪਾ ਕਰਕੇ ਢੇੜਾ ਬੰਨੇ ਲਾ ਦਿਵੋ ਤੇ ਚੇਤਾ ਹੋਵੇ ਗੁਰਸਿੱਖਾ ਜਿਹੜਾ ਸਮੁੰਦਰ ਵਿੱਚ ਢੇੜਾ ਬੰਨੇ ਲਾ ਸਕਦਾ ਹੈ ਤੈਨੂੰ ਟਕੇ ਟਕੇ ਦੀਆਂ ਸਮਾਧਾਂ ਤੇ ਮੱਥਾ ਟੇਕਣ ਦੀ ਕੀ ਲੋੜ ਤੇਰਾ ਗੁਰੂ ਇੱਥੇ ਵੀ ਤੇਰੀ ਸਹਾਇਤਾ ਕਰੇਗਾ ਕਿਉਂ ਨਹੀਂ ਕਰ ਸਕਦੇ ਸਤਿਗੁਰੂ ਸਾਹਿਬ ਜੀ ਸਹਾਇਤਾ ਤੇਰੀ ਵੀ ਸਹਾਇਤਾ ਕਰਨਗੇ ਐਵੇਂ ਨਹੀਂ ਫਿਰ ਮੱਖਣਸ਼ਾਲਾ ਬਾਣੇ ਨੂੰ ਆਏ ਨੂੰ ਮੋਢੇ ਤੋਂ ਚੋਲਾ ਪਾਸੇ ਕਰਕੇ ਕਿਆ ਸੀ ਗੁਰੂ ਕੈ ਸਖਾ ਦੇਣ ਵਾਰੀ ਪੰਜ ਸੁਖਣ ਵਾਰੀ 500 ਗੱਲ ਬਣੇਗੀ ਨਹੀਂ ਪੂਰਾ ਕਰ ਗੁਰੂ ਭੁੱਖਾ ਨਹੀਂ ਪਰ ਗੁਰਸਿੱਖ ਨੂੰ ਵਾਦਾ ਜ਼ਰੂਰ ਚੇਤੇ ਕਰਾਉਂਦਾ ਇੱਥੇ ਇਹ ਨਹੀਂ ਕਿ ਗੁਰੂ ਸਾਹਿਬ ਜੀ ਨੂੰ ਕੋਈ ਭੁੱਖਾ ਨਹੀਂ ਪਾਏ ਹਾਂ ਸਿੱਖ ਦੀ ਸਿੱਖੀ ਦੇ ਵਿੱਚ ਕੋਈ ਫਰਕ ਨਾ ਪੈ ਜਾਵੇ ਭਾਵਨਾ ਕਿਤੇ ਇਹ ਨਾ ਹੋਵੇ ਇਹਨੂੰ ਲੱਗੇ ਕਿ ਕੋਈ ਗੁਰੂ ਹੈ ਹੀ ਨਹੀਂ ਸੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਤਾਂ ਕਰਕੇ ਉਹ ਜਿਸ ਸਿੱਖ ਤੇ ਇਹ ਕਿਰਪਾ ਹੋ ਗਈ ਉਹਨੇ ਉੱਚੇ ਚੜ ਕੇ ਰੌਲਾ ਪਾਇਆ ਕਿ ਗੁਰ ਲਾਧੋ ਰੇ ਗੁਰ ਲਾਧੋ ਰੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਬਾਬਾ ਮੱਖਣ ਸ਼ਾ ਲਬਾਣੇ ਨੂੰ ਲੱਭੇ ਹਨ ਉਹ ਸਤਿਗੁਰੂ ਸਾਹਿਬ ਜੀ ਕਹਿੰਦੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ ਕਹਿੰਦੇ ਜਦੋਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਰਮੇਸ਼ਰ ਦੀ ਸ਼ਰਨ ਵੇਖ ਇੱਕ ਹਾਥੀ ਨੇ ਪਕੜੀ ਉਹ ਹਾਥੀ ਵੀ ਤੰਦੂਏ ਦੀਆਂ ਤਾਰਾਂ ਵਿੱਚੋਂ ਛੁੱਟ ਗਿਆ ਗੁਰੂ ਕਾ ਸਿੱਖਾ ਮਹਿਮਾ ਨਾਮ ਕਹਾਂ ਲਾਓ ਵਰਨੋ ਨਾਮ ਕਹਤ ਬੰਧਨ ਤੇ ਟੂਟਾ ਕਿੱਥੋਂ ਤੱਕ ਮਹਿਮਾ ਇਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਕਰੀਏ ਵਾਹਿਗੁਰੂ ਗੁਰਮੰਤਰ ਦੀ ਕੀ ਮਹਿਮਾ ਤੈਨੂੰ ਦਸੀਏ ਤਾਂ ਹੀ ਤੈਨੂੰ ਕਹਿ ਰਹੇ ਹਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਗੁਰੂ ਕਾ ਸਿੱਖਾ ਪਰਮੇਸ਼ਰ ਦੇ ਗੁਣਾ ਨੂੰ ਗਾ ਉਸ ਪਰਮੇਸ਼ਰ ਦੇ ਜਿਨਨੇ ਉਸ ਹਾਥੀ ਦਾ ਵੀ ਪੜਾ ਕੇ ਉਹਦਾ ਵੀ ਉਧਾਰ ਕਰ ਦਿੱਤਾ ਹੈ ਤੇ ਤੈਨੂੰ ਕੀ ਮਹਿਮਾ ਇਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਦੱਸੀਏ ਸਿਖਾਣੇ ਬੇਨਤੀ ਕੀਤੀ ਮਹਾਰਾਜ ਬੜਾ ਆਨੰਦ ਬਣਿਆ ਹੋਇਆ ਹੈ ਠੀਕ ਹੈ ਨਾਮ ਦੀ ਮਹਿਮਾ ਨਹੀਂ ਕਹੀ ਜਾ ਸਕਦੀ ਕੁਝ ਹੋਰ ਕਥਾ ਵੀ ਸੁਣਾ ਦਿਵੋ ਸਾਨੂੰ ਕੋਈ ਹੋਰ ਕਿਰਪਾ ਵੀ ਕਰੋ ਇਹ ਨਾਮ ਦੀ ਕਿੱਡੀ ਕ ਵੱਡੀ ਮਹਿਮਾ ਕਿੰਨੀ ਇੱਕ ਬਖਸ਼ਿਸ਼ ਕਰਨ ਵਾਲਾ ਆਪ ਜੀ ਦਾ ਨਾਮ ਕਹਿਣ ਲੱਗੇ ਜੀ ਮਹਾਰਾਜ ਮੈਂ ਪਾਪੀ ਅਸੀਂ ਬੜੇ ਵੱਡੇ ਹਾਂ ਇਹ ਸਿੱਖ ਦੇ ਸੁਭਾਅ ਚ ਹੋਣਾ ਚਾਹੀਦਾ ਹੈ ਕਿ ਕਬੀਰ ਸਭ ਤੇ ਹੰਭਰੇ ਹਮ ਤਜ ਭਲੋ ਸਭ ਕੋਏ ਸੋ ਇਹ ਸਿੱਖ ਦੇ ਸੁਭਾਅ ਵਿੱਚ ਹੀ ਹੋਣਾ ਚਾਹੀਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਸਿੱਖੀ ਹੈ ਹੀ ਇਹੋ ਜਿਹੜੀ ਇਹ ਆਖੇ ਕਿ ਮੈਂ ਭਾਈ ਨਹੀਂ ਚੰਗਾ ਬਾਕੀ ਸਾਰੇ ਮੇਰੇ ਨਾਲੋਂ ਚੰਗੇ ਮੈਂ ਹੀ ਬੁਰਾ ਵਿੱਚ ਤੁਰਿਆ ਫਿਰਦਾ ਇਹ ਸਿੱਖੀ ਦਾ ਸੰਵਿਧਾਨ ਹੈ ਗੁਰਸਿਖਾਣੇ ਬੇਨਤੀ ਕੀਤੀ ਮਹਾਰਾਜ ਅਸੀਂ ਤੇ ਪਾਪੀ ਬੜੇ ਪਾਪੀ ਕਿਉਂ ਹਾਂ ਮਹਾਰਾਜ ਆਪ ਜੀ ਨੇ ਨਾਮ ਤਰੀਕ ਸਿੱਖੀ ਵੀ ਧਾਰਨ ਕਰੀ ਬੈਠੇ ਆਂ ਲੋਕਾਂ ਚ ਵੱਜਦੇ ਸਿੱਖ ਹਾਂ ਪਰ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਤੇ ਜਾਣਦੇ ਜੈਨਾ ਸਾਡੀਆਂ ਕਰਤੂਤਾਂ ਨੂੰ ਆ ਬਾਹਰ ਦੇ ਬਾਣੇ ਨਾਲ ਮੇਰੇ ਵਰਗਿਆਂ ਨੇ ਅੰਦਰ ਦੀਆਂ ਕਰਤੂਤਾਂ ਛਪਾਈਆਂ ਹੋਈਆਂ ਨੇ ਪਰ ਜੇ ਕਿਤੇ ਆਪ ਜੀ ਨੇ ਪਰਦਾ ਲਾਹ ਦਿੱਤਾ ਤੇ ਕਿਸੇ ਨੇ ਪਾਸ ਨਹੀਂ ਸਾਨੂੰ ਬੈਠਣ ਦੇਣਾ ਅਸੀਂ ਇਹੋ ਜੇ ਪਾਪੀ ਹਾਂ ਕੀ ਗੁਰਦੇਵ ਸਾਡਾ ਵੀ ਭਲਾ ਹੋ ਸਕਦਾ ਹੈ ਕੀ ਸਾਡੇ ਤੇ ਵੀ ਬਖਸ਼ਿਸ਼ ਹੋਵੇਗੀ ਸਾਡੇ ਤੇ ਵੀ ਰਹਿਮਤ ਹੋ ਸਕਦੀ ਮੇਰੇ ਵਰਗੇ ਪਾਪੀ ਵੀ ਤਰ ਜਾਣਗੇ ਤੇ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਅਜਾਮਲ ਪਾਪੀ ਜਗ ਜਾਣੇ ਨਮਖ ਮਾਹੇ ਨਿਸਤਾਰਾ ਲੈ ਸਿੱਖਾ ਤੈਨੂੰ ਦੱਸਦੇ ਆ ਕਥਾ ਇੱਕ ਵਿਦਵਾਨ ਸੀ ਬੜਾ ਮਹਾਨ ਗਿਆਨੀ ਹੈ ਅਜਾਮਲ ਐਵੇਂ ਨਹੀਂ ਇੱਕ ਗਿਆਨੀ ਪੰਡਿਤ ਹੈ ਰਾਜ ਦਰਬਾਰ ਦਾ ਹਜ਼ੂਰੀ ਕਥਾਵਾਚਕ ਹੈ ਹਜ਼ੂਰੀ ਕਥਾਵਾਚਕ ਸਾਰਾ ਰਾਜ ਦਰਬਾਰ ਉਹਦੇ ਪਾਸੋਂ ਸਿੱਖਿਆ ਗ੍ਰਹਿਣ ਕਰਨ ਆਉਂਦਾ ਹੈ ਕਰਮਾਂ ਨੇ ਲੇਖਾਂ ਦੇ ਵਿੱਚ ਫਰਕ ਹੋਇਆ ਕਰਮਾਂ ਦਾ ਮਾਰਿਆ ਹੋਇਆ ਇੱਕ ਭੈੜੇ ਜੀਵਨ ਵਾਲੀ ਬੀਬੀ ਵੇਸਵਾ ਦੀ ਸੰਗਤ ਰਾਜ ਦਰਬਾਰ ਦੇ ਵਿੱਚ ਨੱਚਣ ਵਾਸਤੇ ਆਈ ਤੇ ਉਹਨੂੰ ਵੇਖ ਕਰਕੇ ਪੰਡਿਤ ਵਿਦਵਾਨ ਜਿਹੜਾ ਦੁਨੀਆ ਨੂੰ ਉਪਦੇਸ਼ ਦਿੰਦਾ ਸੀ ਉਹਦੀ ਸੰਗਤ ਵਿੱਚ ਆਣ ਕਰਕੇ ਮੋਹਤ ਹੋ ਗਿਆ ਸਭ ਕੁਝ ਹੀ ਭੁੱਲ ਗਿਆ ਵਿਦਿਆ ਤਿਆਗ ਦਿੱਤੀ ਜਾ ਕੇ ਉਸ ਵੇਸਵਾ ਦੇ ਦੁਆਰੇ ਤੇ ਰਹਿਣਾ ਸ਼ੁਰੂ ਕਰ ਦਿੱਤਾ ਉਹਦੇ ਦੁਆਰੇ ਤੇ ਰਹਿੰਦਾ। ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕਰਕੇ ਰਾਜ ਦਰਬਾਰ ਚ ਫਰਿਆਦੀ ਹੋਏ ਰਾਜਾ ਜਿਹੜਾ ਪੰਡਿਤ ਵਿਦਵਾਨ ਹੈ ਤੇਰਾ ਜਿਹਦੇ ਪਾਸੋਂ ਹਰ ਰੋਜ਼ ਵੇਦਾਂ ਦੀ ਕਥਾ ਸੁਣਨਾ ਹੈ, ਪ੍ਰਾਣਾਂ ਦੀ ਕਥਾ ਸੁਣਦਾ ਹੈ। ਤੈਨੂੰ ਪਤਾ ਹੈ ਉਹ ਜਾ ਕੇ ਕਰਕੇ ਵੇਸਵਾ ਦੇ ਦੁਆਰੇ ਤੇ ਸਾਰੀ-ਸਾਰੀ ਦਿਹਾੜੀ ਬੈਠਾ ਰਹਿੰਦਾ ਹੈ। ਤੈਨੂੰ ਉਹਨੂੰ ਚਾਹੀਦਾ ਨਹੀਂ ਤੈਨੂੰ ਕਥਾ ਕਰਾਉਣੀ ਉਹਦੇ ਪਾਸੇ। ਸੱਦਿਆ ਗਿਆ ਰਾਜ ਦਰਬਾਰ ਚ ਪੰਡਿਤ ਜੀ ਤੁਹਾਨੂੰ ਫੈਸਲਾ ਕਰਨਾ ਪਵੇਗਾ ਕੀ ਜਾਂ ਤੇ ਰਾਜ ਦਰਬਾਰ ਦੀ ਕਥਾ ਛੱਡ ਦਵੋ ਤੇ ਜਾਂ ਵੇਸਵਾ ਦਾ ਦਵਾਰਾ ਛੱਡ ਦਵੋ ਇੰਨਾ ਲੁਭਾਏ ਮਾਨ ਹੋਇਆ ਹੋਇਆ ਮੋਹ ਦੇ ਵਿੱਚ ਅੰਨਾ ਹੋਇਆ ਅਜਮਲ ਕਹਿੰਦਾ ਜਾਂ ਕਥਾ ਕਰਨੀ ਛੱਡੀ ਅੱਜ ਨਹੀਂ ਕਰਦਾ ਪਰ ਉਹਦਾ ਪਿਆਰ ਨਹੀਂ ਤਿਆਗ ਸਕਦਾ ਛੱਡ ਦਿੱਤੀ ਕਥਾ ਕਰਨੇ ਪਰਮੇਸ਼ਰ ਦਾ ਪਾਣਾ ਪੁਰਬਲੇ ਸੰਸਕਾਰਾਂ ਦੇ ਪ੍ਰੇਰੇ ਹੋਏ ਨੇ ਪੁੱਤਰ ਜੰਮਿਆ ਉਸੇ ਵੇਸਵਾ ਤੋਂ ਉਹਦਾ ਨਾਮ ਰੱਖਿਆ ਨਰਾਇਣ ਤੇ ਅੰਤ ਸਮਾ ਆ ਗਿਆ ਆਪਾਂ ਪੜਦੇਣਾ ਅੰਤ ਕਾਲ ਨਰਾਇਣ ਸਿਮਰ へ ਐਸੀ ਚਿੰਤਾ ਮਹਿ ਜੇ ਮਰੇ ਬਦਤ ਤ੍ਰਲੋਚਨ ਤੇ ਨਰ ਮੁਕਤਾ ਪੀਤੰਬਰ ਵਕ ਰਿਧੇ ਵਸੇ ਅੰਤਲਾ ਸਮਾ ਆਇਆ ਹੁਣ ਆਵਾਜ਼ਾਂ ਤੇ ਮਾਰਦਾ ਪੁੱਤ ਨੂੰ ਪਰ ਪੁੱਤ ਨੇ ਆਵਾਜ਼ ਨਾ ਸੁਣੀ ਜ਼ਬਾਨ ਤੋਂ ਨਿਕਲਦਾ ਨਰਾਇਣ ਨਾਰਾਇਣ ਵਾਰ-ਵਾਰ ਉੱਚੀ-ਉੱਚੀ ਆਵਾਜ਼ਾਂ ਦਿੰਦਾ ਹੈ ਜਮ ਲੈਣ ਆਏ ਵਾਪਸ ਮੁੜ ਕੇ ਜਾ ਕੇ ਧਰਮਰਾਜੇ ਨੂੰ ਕਹਿਣ ਲੱਗੇ ਅਸੀਂ ਅਜਾ ਮਲ ਨੂੰ ਲੈ ਕੇ ਆ ਨਹੀਂ ਸਕਦੇ ਪੁਛਿਆ ਕਾਰਨ ਕੀ ਹੈ ਕਹਿਣ ਲੱਗੇ ਲਿਹਾਈਏ ਤੇ ਤਾਣਾ ਜੇ ਉਹਦੀ ਜ਼ੁਬਾਨ ਤੇ ਤੇਰਾ ਨਾਂ ਨਾ ਹੋਵੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਲੈਂਦਾ ਨਾਰਾਇਣ ਦਾ ਅਰਥ ਹੈ ਜਿਹਦੇ ਵਿੱਚ ਹਨੇਰਾ ਨਹੀਂ ਤੇ ਹਨੇਰਾ ਤੇ ਇੱਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਕੀ ਨਹੀਂ ਨਾ ਇੱਕ ਅਕਾਲ ਪੁਰਖ ਹੀ ਹਨੇਰੇ ਤੋਂ ਰਹਿਤ ਹੈ ਆਪਾਂ ਬਾਕੀ ਸਾਰੇ ਤੇ ਹਨੇਰੇ ਦੇ ਮਾਰੇ ਹੋਏ ਹਾਂ ਕਹਿਣ ਲੱਗੇ ਭਾਈ ਉਹ ਪਰਮੇਸ਼ਰ ਦਾ ਨਾਮ ਜਪਦਾ ਅਸੀਂ ਉਹਨੂੰ ਲਿਆ ਨਹੀਂ ਸਕਦੇ ਉਹ ਨਾਰਾਇਣ ਨਾਰਾਇਣ ਜਪਦੇ ਹੋਏ ਨੂੰ ਅੰਤ ਸਮੇ ਇਹ ਤਾਂ ਭਾਈ ਵਾਰ-ਵਾਰ ਹੁਣ ਮਨ ਦੇ ਵਿੱਚ ਇਹ ਤਾਂ ਬੇਨਤੀ ਦਾਸ ਕਰਨ ਲੱਗਾ ਮਨ 'ਚ ਇਹ ਆ ਜਾਵੇ ਜੀ ਫਿਰ ਤੇ ਅੰਤਲੇ ਸਮੇਂ ਹੀ ਆਪਾਂ ਨਾਮ ਜਪ ਲਈਏ ਅੱਗੋਂ ਪਿੱਛੋਂ ਜਪਣ ਦੀ ਤੇ ਲੋੜ ਨਹੀਂ ਨਾ ਇਹਦਾ ਭਾਵ ਇਹ ਆ ਕਿ ਅੱਗੋਂ ਪਿੱਛੋਂ ਤੇ ਸਾਨੂੰ ਛੁੱਟੀਆਂ ਮਿਲ ਗਈਆਂ ਅਮਰ ਛਕੀਏ ਚਾ ਨਾ ਛਕੀਏ ਨਾਮ ਜਪੀਏ ਜਾਂ ਨਾ ਜਪੀਏ ਕੀ ਫਰਕ ਪੈਂਦਾ ਹੈ ਸਿੱਖੋ ਬਾਤ ਸਹੀ ਹੈ ਪਰ ਪਤਾ ਕੋਈ ਨਹੀਂ ਨਾ ਕਿ ਕਿਹੜਾ ਸਵਾਸ ਅੰਤਲਾ ਹੈ ਇਹ ਕੋਈ ਜਾਣਦਾ ਨਹੀਂ ਕਿਉਂ ਕਿਆ ਜਾਣਾ ਕਿਬ ਮਰਹੇਗੇ ਕੈਸਾ ਮਰਨਾ ਹੋਏ ਇਹ ਤੇ ਨਹੀਂ ਨਾ ਪਤਾ ਕਿ ਕਿਵੇਂ ਮਰਨੇ ਵਾਰ-ਵਾਰ ਨਾਮ ਜਪਣ ਦੀ ਹਦਾਇਤ ਗੁਰੂ ਕਾ ਪੰਥ ਵੀ ਗੁਰੂ ਕਾ ਖਾਲਸਾ ਵੀ ਤਾਂ ਕਰਦਾ ਹੈ ਗੁਰਸਿੱਖਾ ਵਾਰ-ਵਾਰ ਨਾਮ ਜਪ ਪਤਾ ਨਹੀਂਓ ਇਹ ਆਉਂਦੇ ਜਾਂਦੇ ਸਾਹਾਂ ਚੋਂ ਤੇਰਾ ਅਖੀਰਲਾ ਸਾਹ ਕਿਹੜਾ ਹੋਣਾ ਇਹ ਨਾ ਹੋਵੇ ਉਸ ਪਾਪੀ ਦੀ ਕਥਾ ਗੁਰਦੇਵ ਕਹਿੰਦੇ ਨੇ ਅਜਾਮਲ ਪਾਪੀ ਜਗ ਜਾਨ ਨਿਮਖ ਮਾਹੇ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ ਕਹਿੰਦੇ ਲੈ ਭਾਈ ਸਿੱਖਾ ਤੈਨੂੰ ਦੱਸਦੇ ਹਾਂ ਉਹ ਅਜਮਲ ਦਾ ਵੀ ਆਧਾਰ ਹੋ ਗਿਆ ਪਰਮੇਸ਼ਰ ਦਾ ਨਾਮ ਜਪਣੇ ਤੇ ਤੇ ਮਹਾਰਾਜ ਜੀ ਹੋਰ ਕਹਿੰਦੇ ਇਹ ਚਿੰਤਾ ਮਣੀ ਵੀ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਵੇਂ ਵਦਵਾਨਾ ਨੇ ਲਿਖਿਆ ਚਿੰਤਾ ਮਣੀ ਦੀ ਕਥਾ ਲਿਖੀ ਹੈ ਕਿ ਸੱਪਾਂ ਦੇ ਪਾਸ ਇੱਕ ਮਣੀ ਹੁੰਦੀ ਹੈ ਉਹ ਮਣੀ ਨੂੰ ਉਹ ਮਸਿਆ ਦੀ ਰਾਤ ਨੂੰ ਕਈ ਸੱਪ ਕੱਢ ਕੇ ਰੱਖਦੇ ਹਨ ਉਹਦੇ ਹਨੇਰੇ ਦੇ ਵਿੱਚ ਉਹਦੇ ਲੋਪ ਪ੍ਰਗਟ ਹੋਣੇ ਤੇ ਅੱਲਾ ਉਹਦੇ ਲਾਗੇ ਲਾਗੇ ਕੀੜੇ ਤੇ ਹੋਰ ਜੀਵ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਨੂੰ ਖਾ ਕੇ ਆਪਣੇ ਪੇਟ ਦੀ ਪੂਰਤੀ ਕਰਦਾ ਹੈ ਸੱਪ ਜ਼ਹਿਰ ਵਧਾਉਂਦਾ ਹੈ ਇਸੇ ਤਰੀਕੇ ਦੇ ਨਾਲ ਦੂਸਰੇ ਕਹਿੰਦੇ ਸੱਪ ਪੁੰਨਿਆਂ ਦੀ ਰਾਤ ਨੂੰ ਰੱਖਦੇ ਨੇ ਇਹ ਵਿਦਵਾਨ ਮੰਨਦੇ ਨੇ ਕਿ ਚੰਦਰਮਾ ਦੀਆਂ ਕਿਰਨਾਂ ਪੈਣੇ ਤੇ ਉਹ ਚੋਂ ਰਸ ਪ੍ਰਾਪਤ ਹੁੰਦਾ ਹੈ ਤੇ ਉਹਦੇ ਨਾਲ ਉਹਦੀ ਜ਼ਹਿਰ ਜਿਹੜਾ ਹੈ ਉਹ ਮਿਟ ਜਾਂਦਾ ਹੈ ਨਾਸ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਏ ਚੇਤਨ ਤੋਂ ਪਾਪ ਹੁੰਦਾ ਹੈ ਚੇਤੇ ਕਰਨਾ ਸਿਮਰਨ ਕਰਨਾ ਕਰ ਕੇ ਦਾ ਇਹ ਚਿੰਤਾ ਮਨ ਜੋ ਪਰਮੇਸ਼ਰ ਵਾਹਿਗੁਰੂ ਹੈਣਾ ਇਹਦਾ ਸਿਮਰਨ ਕਰਿਆ ਕਰ ਇਹਨੂੰ ਚੇਤੇ ਕਰਿਆ ਕਰ ਤੇਰੀਆਂ ਸਾਰੀਆਂ ਚਿੰਤਾ ਲੱਥ ਜਾਣ ਗਈਆਂ ਪਰ ਮਹਾਰਾਜ ਜੀ ਆਪ ਜੀ ਦਾ ਨਾਮ ਚਿੰਤਾ ਮਣੀ ਦੀ ਨਿਆਈ ਹੈ ਤੇ ਮੈਂ ਆਪ ਜੀ ਦਾ ਸਿੱਖ ਹਾਂ ਮੈਂ ਇੱਕ ਭਰਮ ਵਿੱਚ ਪੈ ਗਿਆ ਕਿ ਨਾਮ ਜਪਾਂ ਕਦੋਂ ਜੇ ਤੇ ਪਦਾਰਥਾਂ ਲਈ ਜਪਿਆ ਮੈਂ ਉਹ ਕਥਾ ਸੁਣੀ ਹੈ ਕਿ ਜਿੰਨੇ ਮੱਸੀਆ ਦੀ ਰਾਤ ਨੂੰ ਉਹਨੂੰ ਕਢਿਆਣਾ ਮਣੀ ਨੂੰ ਉਹਨੇ ਕੀੜੇ ਤੇ ਖਾਦੇ ਪਰ ਬਾਅਦ ਵਿੱਚ ਉਹ ਮਣੀ ਗਵਾ ਬੈਠਾ ਉਹਨੂੰ ਪੁੰਨਿਆਂ ਦੀ ਰਾਤ ਵਾਲਾ ਆਨੰਦ ਦੁਬਾਰਾ ਕਦੇ ਨਹੀਂ ਤੇ ਮਹਾਰਾਜ ਆਪ ਜੀ ਦਾ ਨਾਮ ਜੇ ਚਿੰਤਾ ਮਾਨੀ ਹੋਇਆ ਕੱਲਾ ਤੇ ਫਿਰ ਮੇਰੀ ਬਾਤ ਬਾਨੀ ਨਹੀਂ ਮੈਂ ਜੇ ਪਦਾਰਥ ਮੰਗਣ ਤੁਰ ਪਿਆ ਤੇ ਪਦਾਰਥ ਮੰਗਦਿਆਂ ਮੰਗਦਿਆਂ ਨੂੰ ਓੜਕ ਇਹ ਪੁੰਨਿਆਂ ਦੀ ਰਾਤ ਰੂਪੀ ਉਮਰ ਲੰਘ ਗਈ ਜੇ ਆਪ ਜੀ ਦੀ ਸਾਧ ਸੰਗਤ ਰੂਪੀ ਚੰਦਰਮਾ ਦੀ ਲੋਚ ਨਾ ਬੈਠਾ ਨਾਮ ਰੂਪੀ ਅੰਮ੍ਰਿਤ ਦਾ ਰਸ ਨਾ ਲਿਆ ਜੇ ਆਪ ਜੀ ਦੀਆਂ ਗਿਆਨ ਕਰਨਾ ਦਾ ਪਉ ਫਟਾਲਾ ਨਾ ਹੋਇਆ ਤੇ ਮਹਾਰਾਜ ਮੇਰਾ ਤੇ ਉਦਾਹਰਨ ਨਹੀਂ ਨਾ ਹੋਇਆ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਏ ਉੱਤਮ ਚੰਤਾ ਮੰਣੀਏ ਉੱਤਮ ਚੰਤਾ ਮੰਣੀ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ ਤੂੰ ਪਾਰ ਉਧਰ ਜਾਵੇਂਗਾ ਕਿਵੇਂ ਜਿਹਦਾ ਨਿਰਨਾ ਕਰ ਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਮੰਗੋ ਰਾਮ ਤੇ ਸਭ ਥੋਕ ਮਾਨਖ ਤੇ ਜਾਚਤ ਸ੍ਰਮ ਪਾਈਏ ਪ੍ਰਭ ਕੈ ਸਮਰਨ ਮੋਖ ਗੁਰੂ ਕੈ ਸਿੱਖਾ ਐਵੇਂ ਭਲੇਖੇ ਚ ਨਾ ਪਿਆ ਕਰ ਆ ਨਵੇਂ ਨਵੇਂ ਮੇਰੇ ਵਰਗਿਆਂ ਦੁਕਾਨਦਾਰੀਆਂ ਖੋਲੀਆਂ ਕੋਈ ਕਹਿੰਦਾ ਗੁਰੂ ਕਾ ਸਿੱਖਾ ਤੈਨੂੰ ਬਾਣੀ ਪੜ੍ਹਨੀ ਨਹੀਂ ਚਾਹੀਦੀ ਤੂੰ ਤੇ ਇਸ਼ਾਰਾ ਰੱਖ ਕੇ ਬਾਣੀ ਪੜਦਾ ਇਸ਼ਾਰਾ ਰੱਖ ਕੇ ਬਾਣੀ ਪੜਨ ਦਾ ਫਾਇਦਾ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰ ਸਿੱਖਾ ਇਸ਼ਾਰਾ ਰੱਖ ਕੇ ਵੀ ਭਾਵੇਂ ਪੜ ਤੇਰਾ ਉਧਾਰ ਕਰ ਦਵਾਂਗੇ ਇਹ ਕੋਈ ਮਨੁੱਖ ਕੋਈ ਗਿਆਨੀ ਨਹੀਂ ਕਹਿੰਦਾ ਕੋਈ ਦੁਕਾਨਦਾਰੀ ਵਾਲਾ ਨਹੀਂ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਮੰਗੋ RAM ਤੇ ਸਭ ਥੋਕ ਥੋਕ ਦਾ ਭਾਵੇ ਖੁੱਲਾ ਰੱਬ ਤੋਂ ਖੁੱਲਾ ਮੰਗ ਜੇ ਇੱਥੋਂ ਨਹੀਂ ਮੰਗਣਾ ਤੇ ਕਿੱਥੋਂ ਮੰਗੇਗਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸੋਂ ਨਹੀਂ ਮੰਗਣਾ ਤੇ ਫਿਰ ਭਾਈ ਮੰਗਾਗੇ ਕਿੱਥੋਂ ਇੱਥੇ ਆਣ ਕੇ ਅਰਦਾਸ ਕਰੀਏ ਕਿ ਮਹਾਰਾਜ ਜੀ ਤੂੰ ਮੇਰਾ ਰਾਖਾ ਸਭਣੀ ਥਾਈਂ ਤਾਂ ਪਉ ਕਿਹਾ ਕਾੜਾ ਜੀ ਤੇ ਕੀ ਕਹਿਣਾ ਹੈ ਜਾਂ ਤੂੰ ਮੇਰੇ ਵੱਲ ਹਾਂ ਤਾਂ ਕਿਆ ਮੋਹ ਸੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਤੋ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਮਿਲੇਗਾ ਕਦੋਂ ਜਦੋਂ ਸਤਿਗੁਰੂ ਸਾਹਿਬ ਜੀ ਦੇ ਹੋ ਜਾਵਾਂਗੇ ਕਈਏ ਮਹਾਰਾਜ ਗੁਰਦੇਵ ਕਹਿੰਦੇ ਗੁਰੂ ਕਾ ਸਿੱਖਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਉੱਤਮ ਚਿੰਤਾ ਮਣੀ ਹੈ ਇਹਦੇ ਉਂ ਜਪਦਿਆਂ ਜਪਦਿਆਂ ਲੋੜਾਂ ਵੀ ਪੂਰੀਆਂ ਹੋਣ ਗਈਆਂ ਤੇ ਨਾਲ ਦੇ ਨਾਲ ਮੁਕਤੀ ਦਾ ਕਾਰਨ ਵੀ ਬਣ ਜਾਵੇਗਾ ਮੁਕਤੀ ਦਾ ਕਾਰਨ ਵੀ ਇਨੂੰ ਜੱਪਣ ਦੇ ਨਾਲ ਕੱਲੀਆਂ ਲੋੜਾਂ ਨਹੀਂ ਲੋੜਾਂ ਦੀ ਪੂਰਤੀ ਲਈ ਸਿੱਖ ਜੁੜਿਆ ਹੈ ਕੋਈ ਸਿੱਖ ਨਹੀਂ ਜੇ ਗੁਰੂ ਕੇ ਸਿੱਖੋ ਮਨੂੰ ਮੇਰੇ ਬੜੇ ਪਰਮ ਪਿਆਰੇ ਮਿੱਤਰ ਹਨ ਮੇਰੇ ਵੱਡੇ ਭਾਈ ਪਿਤਾ ਦੇ ਸਮਾਨ ਗਿਆਨੀ ਸਤਨਾਮ ਸਿੰਘ ਜੀ ਖੜੂਰ ਸਾਹਿਬ ਵਾਲੇ ਉਹਨਾਂ ਨੂੰ ਆਪ ਜੀ ਸੱਚਖੰਡ ਸਾਹਿਬ ਜੀ ਤੋਂ ਕਥਾ ਕਰਦਿਆਂ ਵੀ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਗਿਆਨੀ ਸਤਨਾਮ ਸਿੰਘ ਜੀ ਦੇ ਪਾਸ ਇੱਕ ਸਿੱਖ ਨੇ ਆਣ ਕੇ ਸਵਾਲ ਕੀਤਾ ਆ ਜਿਹੜੀ ਆਮ ਜੀ ਚਰਚਾ ਚੱਲਦੀ ਹੁਣ ਤੇ ਮੇਰੇ ਵਰਗਿਆਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਆਮ ਜਿਹਾ ਸਿੱਖ ਸਧਾਰਨ ਜਿਹਾ ਮਨੁੱਖ ਬਣਾ ਕੇ ਪੇਸ਼ ਕਰਦੇ ਹਨ ਗਿਆਨੀ ਸਤਨਾਮ ਸਿੰਘ ਜੀ ਨੂੰ ਸਵਾਲ ਕੀਤਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਵਰਗੇ ਨੇ ਤਾਂ ਜਾਂ ਸਾਡੇ ਤੋਂ ਵੱਡੇ ਹਨ ਤੇ ਗਿਆਨੀ ਸਤਨਾਮ ਸਿੰਘ ਜੀ ਨੇ ਸੁਭਾਵਕ ਕਹਿ ਦਿੱਤਾ ਕਹਿੰਦੇ ਜੇ ਗੁਰੂ ਮੇਰੇ ਵਰਗਾ ਹੀ ਹੈ ਤੇ ਮੈਨੂੰ ਫਿਰ ਲੋੜ ਕੀ ਗੁਰ ਸਿੱਖੋ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰ ਇੱਕ ਸਿੱਖ ਦੀ ਪਹਿਲੇ ਦਿਨ ਦੀ ਪ੍ਰੀਤ ਪਦਾਰਥਾਂ ਕਰਕੇ ਹੈ ਜੇ ਪਦਾਰਥਾਂ ਦੀ ਪ੍ਰੀਤੀ ਪੂਰੀ ਨਾ ਹੋਵੇ ਗੁਰਸਿੱਖ ਭਗਤੀ ਨਹੀਂ ਕਰ ਸਕਦਾ ਉਹ ਭਗਤ ਬਾਣੀ ਹੀ ਨਹੀਂ ਸਕਦਾ ਜੇ ਦੀ ਪਦਾਰਥਾਂ ਦੀ ਭੁੱਖ ਪੂਰੀ ਨਾ ਹੋਵੇ ਜੇ ਨਹੀਂ ਤੇ ਗੁਰੂ ਕੀ ਬਾਣੀ ਪੜ ਕੇ ਵੇਖ ਲਈਏ ਜਿਨ੍ਹਾਂ ਨੂੰ ਭਗਤ ਕਹਿੰਦਿਆਂ ਹੋਇਆਂ ਸਾਡਾ ਸਿਰ ਪ੍ਰੇਮ ਤੇ ਸਤਕਾਰ ਨਾਲ ਝੁਕ ਜਾਂਦਾ ਹੈ ਉਹਨਾਂ ਭਗਤਾਂ ਨੇ ਰੱਬ ਅੱਗੇ ਮਾਲਾ ਰੱਖ ਕੇ ਆਖਿਆ ਰੱਬਾ ਜੇ ਰੋਟੀ ਨਹੀਂ ਦੇਣੀ ਤੇ ਆਹ ਮਾਲਾ ਲੈ ਜਾ ਹੁਣ ਆਪਾਂ ਕਹਿਣਾ ਕਿ ਪਤਾ ਨਹੀਂ ਕਿੱਥੋਂ ਆ ਗਿਆ ਇੱਕ ਕਾਕਾ ਜਿਹਾ ਇਹਨਾਂ ਭੇਜਤਾ ਕਮੇਟੀ ਵਾਲਿਆਂ ਨੇ ਉਤੋਂ ਗੋਲ ਪਾਗ ਆਲਾ ਲੱਗਦਾ ਇਹਨਾਂ ਦੇ ਵਿਰੋਧੀ ਬੋਲਣ ਆਇਆ ਗੱਲ ਕੋਈ ਨਹੀਂ ਮਿੱਤਰੋ ਜੇ ਰੋਟੀ ਨਹੀਂ ਚੱਲਦੀ ਇਹ ਭੜਾ ਕਿੱਥੇ ਲਿਖਿਆ ਜੀ ਇਹੋ ਜੀ ਸਾਖੀ ਅਸੀਂ ਤੇ ਸੁਣੀ ਨਹੀਂ ਕਿ ਭਗਤਾਂ ਨੇ ਮਾਲਾ ਰੱਖ ਕੇ ਕਿਹਾ ਹੋਵੇ ਕਿ ਸਾਡੇ ਕੋਲੋਂ ਆਹ ਮਾਲਾ ਫੜ ਲੈ ਜੇ ਰੋਟੀ ਨਹੀਂ ਦੇਣੀ ਤੇ ਨਾਮ ਵੀ ਨਹੀਂ ਜਪਣਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਥਾ ਲਿਖੀ ਹੈ ਤੇ ਕਿੰਨਾ ਦੀ ਹੈ ਭਗਤ ਕਬੀਰ ਜੀ ਜਿਹੜੇ ਸ਼੍ਰੋਮਣੀ ਭਗਤ ਹਨ ਜਨਾਂ ਦੀ ਪਾਵਨ ਬਾਣੀ ਤੋਂ ਭਗਤਾਂ ਦੀ ਬਾਣੀ ਦੀ ਅਰੰਭਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਹੁੰਦੀ ਹੈ ਉਹਨਾਂ ਨੇ ਮਾਲਾ ਰੱਖ ਕੇ ਕਿਹਾ ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲਈਜੇ ਪਰਮੇਸ਼ਰ ਵਾਹਿਗੁਰੂ ਆ ਮਾਲਾ ਚੁੱਕ ਆਪਣੇ ਰਾਹ ਪੈ ਮੇਰੇ ਕੋ ਭੁੱਖੇ ਕੋਲੋਂ ਭਗਤੀ ਨਹੀਂ ਹੁੰਦੀ ਜੇ ਭੁਖਾ ਰੱਖੇ ਤੇ ਆਖੇ ਭਗਤੀ ਵੀ ਕਰੀ ਜਾ ਦੋਵੇਂ ਬਾਤਾਂ ਨਹੀਂ ਹੁੰਦੀ ਤੇ ਕਹਿੰਦੇ ਮਹਾਰਾਜ ਜੀ ਨੇ ਪੁੱਛ ਰਿਆ ਕਹਿਣ ਲੱਗੇ ਪੀ ਫਿਰ ਭਗਤਾ ਮੁਕਤੀ ਕਿਵੇਂ ਕਹਿਣ ਲੱਗੇ ਹਉ ਮੰਗੋ ਸੰਤਨ ਰੇਣਾ ਮੈਂ ਨਾਹੀ ਕਿਸੇ ਕਾ ਦੇਣਾ ਮਾਦੋ ਕੈਸੀ ਬਣੇ ਤੁਮ ਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ ਰੱਬਾ ਤੇਰਾ ਨਾ ਭਲਾ ਸਾਡੀ ਕਿਵੇਂ ਬਣ ਜਾਵੇ ਸਿੱਧੇ ਦੇਸੀ ਅਰਥ ਕਿਉਂਕਿ ਮੇਰੇ ਵਿਦਿਆ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੁਣ ਆ ਪਾਸੋਂ ਹੈ ਤੇ ਉਹਨਾਂ ਨੇ ਬਿਲਕੁਲ ਦੇਸੀ ਠੇੜ ਭਾਸ਼ਾ ਵਿੱਚ ਦੇਸ਼ ਭਾਸ਼ਾ ਵਿੱਚ ਦਾਸ ਨੂੰ ਪੜਾਇਆ ਤੇ ਦੇਸੀ ਜੇ ਅਰਥ ਸਿੱਧੇ ਇਹ ਹਨ ਕਿ ਰੱਬਾ ਤੇਰੇ ਨਾਲ ਭਲਾ ਸਾਡਾ ਵਿਹਾਰ ਬਣੇਗਾ ਕਿਵੇਂ ਲੈਦਾ ਲਈ ਜਾਣਾ ਏ ਕਿ ਭਗਤੀ ਕਰੀ ਜਾ ਭਗਤੀ ਕਰੀ ਜਾ ਤੇ ਦੇਂਦਾ ਕੱਖ ਨਹੀਂ ਜੇ ਭਲਾ ਰੱਬ ਨਾ ਦੇ ਤੇ ਫਿਰ ਮਿੱਤਰੋ ਭਗਤੀ ਕਰਨ ਦੀ ਲੋੜ ਕੀ ਹੈ ਪਦਾਰਥਾਂ ਤੋਂ ਹੀ ਗੁਰੂ ਕੇ ਸਿੱਖ ਦੀ ਹਰੇਕ ਇੱਕ ਸਿੱਖ ਦੀ ਸ਼ਰਧਾ ਤਾਂ ਜਾਗੀ ਜੇ ਪਦਾਰਥਾਂ ਦੀ ਅਤੋੜਤਾ ਹੋ ਗਈ ਜੇ ਪਦਾਰਥ ਮੰਗਣ ਤੋਂ ਪਹਿਲਾਂ ਮਿਲ ਗਏ ਸਿੱਖ ਨੂੰ ਤੇ ਫਿਰ ਉਹਨੇ ਕਿਹਾ ਹਾਂ ਮੇਰੇ ਸਾਰੇ ਕਾਰਜ ਗੁਰੂ ਸਾਹਿਬ ਜੀ ਨੇ ਸਵਾਰ ਦਿੱਤੇ ਭਗਤ ਧੰਨੇ ਦੇ ਵੀ ਨੱਕੇ ਮੋੜਨੇ ਪਏ ਨੇ ਪਰਮੇਸ਼ਰ ਵਾਹਿਗੁਰੂ ਨੂੰ ਤੇ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਜੇ ਭਲਾ ਭਗਤੀ ਕਰੀਏ ਤੇ ਪ੍ਰਸ਼ਾਦਾ ਪਾਣੀ ਚੱਲੇਗਾ ਕਿਵੇਂ ਤੇ ਗੁਰਦੇਵ ਕਹਿੰਦੇ ਨਦੀਆਂ ਹੋਵੇ ਧਨਵਾ ਇਹ ਕਿਸੇ ਹੋਰ ਨੇ ਤੇ ਨਹੀਂ ਕਿਹਾ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਿੱਖਾ ਬਾਣੀ ਪੜਨ ਵਾਲਾ ਬਣ ਨਦੀਆਂ ਹੋਵੇ ਧਨਵਾ ਸੁਮ ਹੋਵੇ ਦੁੱਧ ਕੀ ਹੋ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜਿਉ ਕਹਿੰਦੇ ਇਹਦੇ ਨਾਲੋਂ ਚੰਗਾ ਤੇ ਨਹੀਂ ਨਾ ਕੁਝ ਹੋ ਸਕਦਾ ਕਿ ਜਿੰਨੀਆਂ ਨਦੀਆਂ ਨੇ ਗੁਰਸਿੱਖਾ ਤੋਂ ਭਗਤੀ ਕਰੇ ਮੈਂ ਇਹ ਦੁੱਧ ਦੀਆਂ ਵਗਾ ਦੇਵਾਂ ਦੁੱਧ ਦੀ ਤੇ ਜਿੰਨੇ ਸਮੁੰਦਰ ਹਨ ਇਹ ਸਾਰੇ ਦੇ ਸਾਰੇ ਘਿਓ ਦੇ ਹੋ ਜਾਣ ਧਰਤੀ ਸ਼ੱਕਰ ਦੀ ਹੋ ਜਾਵੇ ਤੇ ਦੁੱਧ ਚ ਘਿਓ ਪਾ ਕੇ ਸ਼ੱਕਰ ਪਾ ਕੇ ਛਕੀ ਜਾ ਤੈਨੂੰ ਭੁੱਖ ਲੱਗਦੀ ਨਹੀਂ ਭੁੱਖ ਲੱਗੇਗੀ ਕਿਵੇਂ ਤੇ ਹੁਣ ਆਪਾਂ ਕਹਿਣਾ ਜੀ ਇਹ ਕਿਤੇ ਹੁੰਦਾ ਹੈ ਜਿਹੜੇ ਭਗਤੀ ਬੰਦਗੀ ਕਰਨ ਵਾਲੇ ਨੇ ਅਸੀਂ ਤੇ ਵੇਖਿਆ ਨਹੀਂ ਕਿ ਉੱਥੇ ਦੁੱਧ ਦੀਆਂ ਨਦੀਆਂ ਵਗਦੀਆਂ ਹੋਣ ਘਿਓ ਦਾ ਸਮੁੰਦਰ ਹੋਵੇ ਜਿਹੜੀ ਧਰਤੀ ਹੈ ਸ਼ੱਕਰ ਦੀ ਬਣੀ ਹੋਵੇ ਤੇ ਜਾ ਕੇ ਵੇਖੋ ਤਾਂ ਸਹੀ ਮਹਾਤਮਾਵਾ ਦੇ ਸਥਾਨਾਂ ਤੇ ਉਹਨਾਂ ਦੀ ਗਵਾਹੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਜਿਨ੍ਹਾਂ ਨੇ ਭਗਤੀ ਕੀਤੀ ਪਰਮੇਸ਼ਰ ਵਾਹਿਗੁਰੂ ਦੀ ਉਹਨਾਂ ਦੀ ਭਗਤੀ ਦੀ ਬਰਕਤ ਕਰੋੜਾਂ ਹੀ ਲੋਕ ਖਾਈ ਜਾਂਦੇ ਕਰੋੜਾਂ ਹੀ ਲੋਕ ਮਹਾਤਮਾ ਇੱਕ ਬੰਦਗੀ ਵਾਲਾ ਜਿੰਨੇ ਮਹਾਤਮਾ ਸਾਧੂ ਦੇ ਚੇਲੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਵੀ ਉਸ ਮਹਾਤਮਾ ਦੇ ਨਾਂ ਤੇ ਚੱਲੀ ਜਾਂਦਾ ਨਾਂ ਤੇ ਕਿ ਅਸੀਂ ਉਸ ਮਹਾਤਮਾ ਦੇ ਗੜਵਾਈ ਰਹੇ ਹਾਂ ਤੇ ਉਹਨਾਂ ਦੇ ਪਾਸ ਸੇਵਾਦਾਰ ਨਹੀਂ ਤੇ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਵੇਖੋ ਆਪਣੇ ਪਾਸ ਮੱਝ ਇੱਕ ਵੀ ਨਹੀਂ ਪਰ ਦੁੱਧ ਦੀ ਕਮੀ ਨਹੀਂ ਜਿਹਨੂੰ ਆਪਾਂ ਪੜਦੇ ਨਦੀਆਂ ਹੋਵੈ 3 ਵਾ 3 ਵਾ ਦਾ ਅਰਥ ਹੁੰਦਾ 3 ਗਊ ਦੁੱਧ ਦੀ ਕਮੀ ਨਹੀਂ ਘਿਓ ਦੀ ਕਮੀ ਨਹੀਂ ਸ਼ੱਕਰ ਦੀ ਕਮੀ ਨਹੀਂ ਅਟੁੱਟ ਭੰਡਾਰੇ ਨਿਰੰਤਰ ਚੱਲੀ ਜਾ ਰਹੇ ਨੇ ਨਿਰੰਤਰ ਇਹ ਗੁਰੂ ਕੀ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰੇ ਪਾਰਾ ਗੁਰੂ ਕਿਆ ਸਿੱਖਾ ਉਹ ਪਰਮੇਸ਼ਰ ਵਾਹਿਗੁਰੂ ਜੋ ਚਿੰਤਾ ਮੰਨਦੇ ਨਿਆਈ ਹੈ ਤੇਰੀਆਂ ਸਾਰੀਆਂ ਚਿੰਤਾ ਤੇਰੇ ਚਿੱਤ ਦੀ ਕੋਈ ਵੀ ਚਿੰਤਾ ਹੋਵੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕੀ ਨਾਮ ਬਾਣੀ ਨਾਲ ਜੁੜ ਜਾ ਖੰਡੇ ਬਾਟੇ ਦੀ ਪੌੜ ਛਕਲਾ ਤੇਰੀਆਂ ਸਾਰੀਆਂ ਚਿੰਤਾ ਨਾਸ ਤੇਰੀ ਪਦਾਰਥਾਂ ਦੀ ਚਿੰਤਾ ਤੋਂ ਲੈ ਕਰਕੇ ਤੇਰੀ ਮੁਕਤੀ ਤੱਕ ਦੀ ਚਿੰਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਤਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੋਵੇਗੀ ਤੈਨੂੰ ਚਿੰਤਾ ਕਰਨ ਦੀ ਜ਼ਰੂਰਤ ਕੋਈ ਨਹੀਂ ਉਸ ਗੁਰੂ ਨੂੰ ਜਿਹੜਾ ਗੁਰੂ ਇਹ ਕਹਿੰਦਾ ਹੋਵੇ ਕਿ ਜਿਹਦੀਆਂ ਰਗਾਂ ਚੋਂ ਇੱਕ ਵਾਰੀ ਅੰਮ੍ਰਿਤ ਲੰਗ ਜਾਵੇ ਮੈਂ ਉਹ ਸੇਖ ਨੂੰ ਹਜ਼ਾਰ ਜਨਮ ਤੱਕ ਟੇਡੀਆਂ ਜੂਨਾ ਚ ਨਹੀਂ ਜਾਣ ਦਵਾਂਗਾ ਆਪਣੀ ਚਿੰਤਾ ਛੱਡ ਚਿੰਤਾ ਛੱਡ ਅਚਿੰਤ ਰਹੋ ਪਰ ਕਦੋਂ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰਹਿ ਪਾਰਾ ਪਾਰ ਉਤਾਰਾ ਤਾਂ ਹੋਵੇਗਾ ਜੇ ਉਹ ਸਤਿਗੁਰੂ ਸਾਹਿਬ ਜੀ ਧੰ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨ ਕਰਕੇ ਸੰਸਾਰ ਵਿੱਚ ਜੀਵਨ ਬਸਰ ਕਰੇਗਾ ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਦੀ ਕਥਾ ਵਿਚਾਰ ਆਪਾਂ ਗੁਰਦੇਵ ਜੀ ਦੇ ਦਰਬਾਰ ਇਨਾਂ ਸਤਾਬ ਦੀ ਸਮਾਗਮਾਂ ਚ ਹਾਜ਼ਰੀ ਭਰਦਿਆਂ ਹੋਇਆਂ ਸੁਣੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਮਿਹਰ ਭਰੇ ਹੱਥ ਰੱਖ ਕੇ ਇਹ ਵਿਚਾਰ ਕਰਵਾਏ ਗੁਰਦੇਵ ਜੀ ਦੀ ਪਾਵਨ ਗੁਰਬਾਣੀ ਪੜਦੇ ਆਂ ਇਤਿਹਾਸ ਸੁਣਾਉਂਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ ਬਖਸ਼ ਲੈਣੀਆਂ ਆਗਾਹਾਂ ਤੋਂ ਸਮਤ ਬਖਸ਼ਣੀ ਜੀ ਦੇਹੋ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਮੇਲ ਲੇਖੇ ਕਤੇ ਨਾ ਛੁਟੀਐ ਖਿੰਖਣ ਭੂਲਣ ਹਾਰ ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ ਇਹ ਬੇਨਤੀ ਤਾਂ ਹੈ ਕਿ ਪਿਆਰੀ ਸਾਧ ਸੰਗਤ ਜੀ ਆਪ ਜੀ ਦੀ ਕੀਤੀ ਹੋਈ ਅਰਦਾਸ ਉਹ ਲੇਖੇ ਵਿੱਚ ਹੈ ਮੇਰੀ ਗਰੀਬ ਦੀ ਵੀ ਕਰਿਆ ਜੀ ਗੁਰਦੇਵ ਸਤਗੁਰੂ ਸਾਹਿਬ ਜੀ ਜਿਹੜੀ ਗੁਰਸਿੱਖੀ ਦਾ ਪ੍ਰਚਾਰ ਸਤਗੁਰੂ ਸਾਹਿਬ ਜੀ ਨੇ ਆਪ ਹਿਰਦੇ ਵਿੱਚ ਵਸ ਕਰਕੇ ਕਰਾਇਆ ਹੈ ਉਹ ਇਸ ਜੀਵਨ ਵਿੱਚ ਵੀ ਵਸੇ ਤਾਂ ਜੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਪ੍ਰਾਪਤ ਹੋਵੇ ਜੀ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਅਗਾ ਤੋ ਸਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ